ਪੁੱਤ ਕੰਮ ਤੇ ਨਹੀਂ ਗਿਆ ਤੂੰ ਅੱਜ? ਬਾਪੂ ਜਾਊਂਗੀ ਕੰਮ ਤੇ, ਤੈਨੂੰ ਪਤਾ ਹੀ ਆ ਲੋਕ ਕਿਵੇਂ ਦੇ ਨੇ, ਫਿਰ ਕਹਿਣ ਲੱਗ ਜਾਂਦੇ ਨੇ ਵੀ ਜਿਹੜੀ ਆਪਦੇ ਘਰ ਦੀ ਨਹੀਂ ਸਫਾਈ ਰੱਖ ਸਕਦੀ ਸਾਡੇ ਘਰੇ ਕੀ ਲੱਲਰ ਲਾਊਗੀ, ਸਾਰੇ ਪਾਸੇ ਸੋਚਣਾ ਪੈਂਦਾ। ਉਹ ਪੁੱਤ ਲੋਕਾਂ ਨੂੰ ਕੀ ਪਤਾ ਹੈ ਵੀ ਕਿਵੇਂ ਟਾਈਮ ਪਾਸ ਕਰਦੇ ਆ, ਤੂੰ ਘਰੇ ਵੀ ਕਰਨਾ ਬਾਹਰ ਵੀ ਕਰਨਾ ਪੁੱਤ, ਲੋਕ ਤਾਂ ਕੁਛ ਨਾ ਕੁਛ ਕਹੀ ਜਾਂਦੇ ਨੇ, ਤੂੰ ਆਪਦੇ ਹਿਸਾਬ ਨਾਲ ਚੱਲ ਪੁੱਤ, ਸਾਰਾ ਕੁਛ ਠੀਕ ਹੋ ਜਾਊਗਾ। ਕੋਈ ਨਾ ਬਾਪੂ, ਤੇਰੀ ਬਿਮਾਰੀ ਦਾ ਇਲਾਜ ਹੋ ਜੇ, ਸਾਰਾ ਕੁਛ ਤਾਂ ਆਪੇ ਠੀਕ ਹੋ ਜਾਊਗਾ। ਉਹ ਤਾਂ ਬਿਮਾਰੀ ਦਾ ਇਲਾਜ ਵੀ ਫੇਰ ਹੀ ਹੋਊ ਜੀ, ਤੂੰ ਬਾਹਰ ਕੋਈ ਲੋਕ ਇਹਨਾਂ ਦਾ ਕੰਮ ਕਰਕੇ ਆਏ ਜੀ, ਦਵਾਈ ਬੂਟੀ ਫੇਰ ਹੀ ਆਊ। ਚੱਲ ਬਾਪੂ ਜ਼ਿਆਦਾ ਬੋਲਣਾ, ਤੂੰ ਆਰਾਮ ਕਰ ਲਾ, ਬਸ ਮੈਂ ਝਾੜੂ ਜਿਹਾ ਕੱਢ ਕੇ ਫਿਰ ਜਾਂਦੀ ਹਾਂ। ਮਾੜਾ ਜਿਹਾ ਬੈਠ ਜਾ, ਉਹਦੀ ਦਮ ਚੜ ਜਾਂਦਾ ਹੈ। ਨਾਲੇ ਅੱਜ ਨਾ ਮੈਂ ਉਹਨੂੰ ਕਿਹਾ ਸੀ ਸਰਦਾਰਨੀ ਨੂੰ, ਤੈਨੂੰ ਕੋਟੀ ਲਿਆ ਕੇ ਦਊਂਗੀ, ਉਹ ਕਹਿੰਦੀ ਸੀ ਮੈਂ ਪੇਟੀ 'ਚੋਂ ਕੱਢ ਕੇ ਦਊਂਗੀ, ਐਵੇਂ ਫਿਰ ਠੰਡ 'ਚ ਹੋਰ ਬਿਮਾਰ ਹੋ ਜਾਏਗਾ ਬਾਪੂ ਤੂੰ। ਚੰਗਾ ਚੰਗਾ ਪੁੱਤ ਲਿਆ ਗਈ। ਆ ਕੱਲ ਮੈਨੂੰ ਛੋਲ ਜਿਹਾ ਵੀ ਦਿੱਤਾ ਸੀ ਇਹਦੇ ਘਰ। ਉਹ ਪੁੱਤ ਤੂੰ ਲੇਟ ਨਾ ਆਓ। ਚੱਲ ਚੰਗਾ ਬਾਪੂ, ਫਿਰ ਮੈਂ ਜਾਂਦੀ ਹਾਂ। ਚੰਗਾ ਵਗ ਜਾ ਪੁੱਤ। ਓਹੋ ਡੋਲੂ ਤਾਂ ਮੈਂ ਭੁੱਲਿਆ ਹੀ, ਚੱਲ ਉਹਨਾਂ ਦਾ ਹੀ ਲੈ ਲੂੰ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ, ਆ ਗਈ ਰੀਤੂ? ਹਾਂਜੀ। ਤੇ ਰੋਟੀ ਰੁਟੀ ਮੈਂ ਬਣਾ ਲਈ ਸੀ? ਮੈਂ ਬਣਾ ਦਿੰਦੀ ਨਾ, ਬਸ ਕੋਈ ਗੱਲ ਨਹੀਂ, ਫਿਰ ਅਸੀਂ ਖਾਣੇ ਸੀ ਦੋ ਦੋ ਪਰੌਂਠੇ, ਅਸੀਂ ਡਾਕਟਰ ਦੇ ਚੱਲੇ ਆ, ਤੇ ਸਫਾਈਆਂ ਰਹਿੰਦੀਆਂ ਨੇ ਕਰਨ ਵਾਲੀਆਂ, ਠੀਕ ਹੈ? ਸਾਰੀਆਂ ਸਫਾਈਆਂ ਧਿਆਨ ਨਾਲ ਕਰਦੀ। ਠੀਕ ਹੈ ਜੀ। ਹਾਂ ਅਸੀਂ ਦਵਾਈ ਲੈਣ ਜਾਂਦੇ ਆਂਗੇ, ਠੀਕ ਹੈ? ਠੀਕ ਹੈ, ਕੋਈ ਨਾ, ਮੈਂ ਤੁਹਾਨੂੰ ਡੇਕ ਕੇ ਹੀ ਜਾਊਂਗੀ ਫਿਰ। ਹਾਂ ਹਾਂ, ਬਸ ਕੰਮ ਧਿਆਨ ਨਾਲ ਨਿਬੇੜ ਲਈ ਸਾਰਾ। ਹਾਂਜੀ ਹਾਂਜੀ, ਠੀਕ ਹੈ, ਤੁਸੀਂ ਜਾਓ। ਠੀਕ। ਆ ਜਾ ਚੱਲੀਏ ਆਪਾਂ ਦਵਾਈ ਲੈਣ। ਹੁਣ ਕਿੱਥੇ ਚੱਲੀ? ਹੁਣ ਦਵਾਈ ਲੈਣ? ਉਹ ਯਾਰ ਗੱਲ ਸੁਣ ਯਾਰ ਕਮਲ, ਮੈਂ ਤਾਂ ਬੈਠ ਗਿਆ ਦੇਖ ਲੈ ਕਿੰਨਾ ਟਾਈਮ ਹੋ ਗਿਆ ਤੈਨੂੰ ਦਵਾਈ ਲੈਂਦੇ ਨੂੰ, ਕੋਈ ਫਰਕ ਤਾਂ ਪਿਆ ਨਹੀਂ। ਉਹ ਤੈਨੂੰ ਬਥੇਰਾ ਸਮਝਾਇਆ ਸੀ ਵੀ ਬੱਚਾ ਲੈ ਲੈਂਦੇ ਹਾਂ, ਫਿਰ ਹੁਣ ਮੇਰੇ ਕੀ ਸਾਰੇ ਦੀ ਗੱਲ ਹੈ ਜੀ? ਉਹ ਤੇਰੇ ਸਾਰੇ ਦੀ ਹੈ, ਮੈਂ ਰਿਪੋਰਟਾਂ ਕਰਾ ਲਿਆ ਸਾਰਾ ਕੁਛ, ਤੇਰੇ 'ਚ ਹੀ ਹੈ ਮੇਰਾ ਨੁਕਸ ਯਾਰਾ। ਫਿਰ ਇਹ ਚੀਜ਼ ਦਾ ਹੱਲ ਕੋਈ? ਹੁਣ ਹੱਲ ਤੇ ਨਰਸ ਨੂੰ ਪੁੱਛਣਾ ਪਊਗਾ, ਉਹਦਾ ਕੋਰਸ ਕਰ ਲੈ ਸਾਲ ਦਾ, ਹੁਣ 100 ਸਾਲ ਦੀ ਦਵਾਈ ਤਿੰਨ ਦਵਾ ਦੀ ਪੂਰਾ ਕੋਰਸ ਹੋ ਗਿਆ, ਹੁਣ ਫਿਰ ਵੀ ਨਹੀਂ ਫਰਕ ਪਿਆ ਯਾਰ, ਹੁਣ ਪੈਸੇ ਬਰਬਾਦ ਕਰਨ ਵਾਲੀ ਗੱਲ ਹੈ ਇਹ ਯਾਰ। ਚੱਲ ਆਪਾਂ ਇੱਕ ਵਾਰ ਫਿਰ ਨਰਸ ਦੀ ਚੰਗੀ ਤਰ੍ਹਾਂ ਰਾਇ ਲੈ ਲੈਂਦੇ ਹਾਂ ਉਹ ਕੀ ਕਹਿੰਦੀ ਹੈ, ਅੱਜ ਆਪਾਂ ਸਾਰੀ ਗੱਲਬਾਤ ਪੁੱਛ ਕੇ ਆਵਾਂਗੇ। ਬਸ ਚੱਲੋ, ਤੁਸੀਂ ਐਂ ਕਿਉਂ ਕਰਦੇ ਹੋ, ਮੂਡ ਜਿਹਾ ਖਰਾਬ ਆ। ਉਹ ਮੂਡ ਨਹੀਂ, ਉਹ ਯਾਰ ਥੱਬਾ ਗੋਲੀਆਂ ਦਾ ਫੇਰ ਦੇ ਦੂ, ਉਹ ਐਂ ਨਹੀਂ ਪਿਆ 20-25 ਹਜ਼ਾਰ ਫੇਰ ਲਵਾ ਦੇਗੀ, ਫਿਰ ਮੰਗਾ ਤਾਂ ਐਂ ਆ, ਹੋਰ ਕੋਈ ਗੱਲ ਨਹੀਂ। ਉਹ ਮੈਂ ਕਹਿਣਾ ਯਾਰ ਖੜਾ ਹੱਡ ਦਵਾਈਆਂ ਦਾ ਕਿਉਂ, ਨਾਲੇ ਆਪਣੀ ਜ਼ਿੰਦਗੀ ਖਰਾਬ ਕਰੀ ਇਹਨੇ ਗੋਲੀਆਂ ਖਾ ਖਾ, ਮੈਂ ਕਹਿਣਾ ਗੋਦ ਲੈ ਲੈਂਦੇ ਬੱਚਾ। ਐਂ ਕਿਉਂ ਕਰਦੇ, ਅੱਜ ਲਾਸਟ ਵਾਰ ਵਗ ਚੱਲੋ, ਚੰਗਾ ਅੱਗੇ ਤੋਂ ਨਹੀਂ ਕਹਿੰਦੀ, ਅੱਜ ਲਾਸਟ ਵਾਰ ਸਾਰਾ ਕੁਛ ਪੁੱਛਿਆ ਹੋਣਾ ਆਪਾਂ ਨਰਸ ਨੂੰ। ਬਸ ਲਾਸਟ ਵਾਰ ਹੀ ਹੈ, ਇਦੂ ਬਾਅਦ ਨਾ ਕਹਿੰਦੀ ਮੈਨੂੰ। ਮੇਰਾ ਕਿਹੜਾ ਦਿਲ ਕਰਦਾ ਗੋਲੀਆਂ ਖਾਣ ਨੂੰ, ਸਗੋਂ ਮੇਰੀ ਤਾਂ ਦੇਹ ਫੁੱਲ ਗਈ ਆ ਖਾ ਖਾ ਕੇ ਦਵਾਈਆਂ। ਉਹ ਦੇਹ ਤਾਂ ਫੁੱਲਣੀ ਆ, ਉਦੋਂ ਤੂੰ ਕਿਹੜਾ ਮੰਨਦੀ ਆ, ਜਦਖੋਰੀਆਂ ਵਾਲੇ ਆਉਂਦੇ ਤੁਸੀਂ, ਨਹੀਂ ਅਜੇ ਨਹੀਂ ਲੈਣਾ ਬੱਚਾ, ਅਜੇ ਨਹੀਂ ਲੈਣਾ ਬੱਚਾ, ਉਹਦਾ 5 ਸਾਲਾਂ ਹੀ ਟਪਾ ਦੇ। ਬਸ ਗਲਤੀ ਹੋ ਗਈ, ਹੁਣ ਤਾਂ ਗਲਤੀ ਨੂੰ ਪਛਤਾਉਣੀ ਆ।
ਉਹ ਤੇਰੇ ਕੰਡੇ ਬੀਜੇ ਹੋਏ ਨਾ, ਮੈਨੂੰ ਚੁਗਣੇ ਪੈ ਰਹੇ ਆ ਤੇ ਲੋਕਾਂ ਤੋਂ ਬੇਇੱਜ਼ਤੀ ਅਲੱਗ ਮੈਂ ਕਰਾ ਰਿਹਾ। ਚੱਲ ਯਾਰ ਉਹ ਚੱਲ ਜਾਇਆ, ਲਾਸਟ ਵਾਰੀ ਆ ਬਸ, ਠੀਕ ਹੈ, ਦਿਮਾਗ ਨਾ ਖਰਾਬ ਕਰੀ ਇਦੂ ਬਾਅਦ ਮੇਰਾ। ਮੈਡਮ ਜੀ ਗੱਲ ਐਂ ਆ, ਮੇਰੀ ਗੌਰ ਨਾ ਸੁਣੋ, ਇਹ ਸਾਲ ਹੋ ਗਿਆ ਦਵਾਈ ਖਾਂਦੇ ਨੂੰ, ਕੋਈ ਫਰਕ ਤਾਂ ਪਿਆ ਨਹੀਂ, ਅੱਗੇ ਦਾ ਪੈਸਾ ਲਾਤਾ ਤੁਸੀਂ, ਕਹਿੰਦਾ ਫਰਕ ਪੈ ਜੂਗਾ, ਅੱਜ ਤੱਕ ਤਾਂ ਫਰਕ ਪਿਆ ਨਹੀਂ, ਸਾਨੂੰ ਹਾਂ ਜਾਂ ਨਾ ਦੱਸੋ ਵੀ ਬੱਚਾ ਹੋ ਸਕਦਾ ਕਿ ਨਹੀਂ। ਦੇਖੋ ਜੀ, ਮੈਂ ਤੁਹਾਨੂੰ ਸਹੀ ਗੱਲ ਦੱਸਦੀ ਹਾਂ, ਜਦੋਂ ਤੁਹਾਡਾ ਕਾਲ ਆਇਆ ਸੀ ਨਾ ਰਾਤ, ਅਤੇ ਮੈਂ ਤੁਹਾਡੀ ਰਿਪੋਰਟ ਪੜ੍ਹੀ ਸੀ, ਉਸਦੇ ਵਿੱਚ ਮੈਂ ਤਾਂ ਇਹ ਕੁਛ ਦੇਖਿਆ ਕਿ ਤੁਸੀਂ ਮਾਂ ਨਹੀਂ ਬਣ ਸਕਦੇ, ਕਿਉਂਕਿ ਦੱਸਦਿਆਂ ਨੂੰ ਮੈਨੂੰ ਵੀ ਬਹੁਤ ਦੁੱਖ ਹੋ ਰਿਹਾ, ਅਤੇ ਲੇਕਿਨ ਤੁਸੀਂ ਮਾਂ ਕਦੇ ਵੀ ਨਹੀਂ ਬਣ ਸਕਦੇ, ਇਹ ਜਿਹੜੀ ਤੁਹਾਡੀ ਬੱਚੇਦਾਨੀ ਆ ਇਹ ਡੈਮੇਜ ਹੋ ਚੁੱਕੀ ਹੈ। ਚੱਲ ਮੈਡਮ ਜੀ, ਕੋਈ ਹੱਲ ਤਾਂ ਹੋਊ ਕੋਈ ਇਹਦੇ? ਇਹਦੇ ਵਿੱਚ ਦੇਖੋ ਜੀ ਕੋਈ ਹੱਲ ਨਹੀਂ, ਕਿਉਂਕਿ ਇੱਕ ਸਾਲ ਹੋ ਗਿਆ ਤੁਹਾਨੂੰ ਮੈਡੀਸਿਨ ਖਾਂਦਿਆਂ ਨੂੰ, ਪਰ ਇਸ ਦਾ ਕੋਈ ਹੱਲ ਨਹੀਂ ਹੈਗਾ। ਸਾਲ ਤਾਂ ਤੁਹਾਡੇ ਕੋਲ ਹੋ ਗਿਆ ਨਾ ਜੀ, ਪਹਿਲਾਂ ਹੀ ਬਥੇਰੇ ਦਾ ਖਾ ਕੇ ਆਏ ਹਾਂ। ਫਿਰ ਮੇਰੇ ਤਾਂ ਹੁਣ ਦੇਖੋ ਜੀ, ਜਿੱਥੋਂ ਤੱਕ ਮੇਰੀ ਸੋਚ ਹੈਗੀ ਸੀ, ਜਿੱਥੋਂ ਤੱਕ ਮੈਂ ਇਲਾਜ ਕਰਨਾ ਚਾਹੁੰਦੀ ਸੀ ਕਰਤਾ, ਪਰ ਹੁਣ ਮੇਰੇ ਦਿਮਾਗ ਤੋਂ ਬਾਹਰ ਹੈ। ਚੱਲ ਠੀਕ ਹੈ ਮੈਡਮ ਜੀ, ਤੁਸੀਂ ਹੋਰ ਹੱਲ ਤਾਂ ਤੁਸੀਂ ਇਹੀ ਕਰੋ, ਹੁਣ ਤੁਸੀਂ ਬੱਚਾ ਕੋਈ ਗੋਦ ਲੈ ਸਕਦੇ ਹੋ, ਕੋਈ ਰਿਸ਼ਤੇਦਾਰੀ ਵਗੈਰਾ 'ਚ ਦੇਖ ਲਓ, ਚਲੋ ਬੱਚਾ ਵੀ ਜ਼ਰੂਰੀ ਹੁੰਦਾ ਗਾ, ਤੁਹਾਡੇ ਵਿੱਚ ਕੋਈ ਕਮੀ ਨਹੀਂ ਹੈਗੀ, ਕਮੀ ਇਹਨਾਂ ਦੇ ਵਿੱਚ ਹੀ ਹੈ। ਚਲੋ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਕਰੋ। ਚੱਲ ਆਇਆ, ਕੋਈ ਗੱਲ ਨਹੀਂ, ਨਾ ਫਿਕਰ ਕਰ, ਨਹੀਂ ਛੱਡਦਾ ਤੈਨੂੰ, ਆਇਆ। ਓਕੇ ਜੀ, ਓਕੇ। ਬੱਚਾ ਬਿਨਾਂ ਵੀ ਬਹੁਤ ਔਖਾ ਹੋ ਜਾਂਦਾ, ਕਿਵੇਂ ਅਫਸੋਸ ਜਿਹਾ ਕਰ ਰਹੇ ਸੀ ਨਾ। ਚਲੋ ਜੋ ਪਰਮਾਤਮਾ ਦੀ ਮਰਜ਼ੀ ਹੈ, ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਸੀ ਲੇਕਿਨ ਨਹੀਂ ਹੋਇਆ। ਉਹ ਚੱਲ ਠੀਕ ਹੈ ਯਾਰ, ਹੁਣ ਮੈਂ ਜਾ ਕੇ ਕੰਮ ਜਾ ਕੇ ਆਉਣਾ, ਲੇਟ ਹੋ ਗਿਆ। ਮੈਂ ਵੀ ਚਾਹ ਚੂਹ ਤਾਂ ਪੀ ਜਾਂਦੇ, ਉਹ ਚਾਹ ਪੀਤੀ ਪਈ ਯਾਰ ਬਸ। ਮੈਡਮ ਜੀ ਚਾਹ ਲਿਆ ਮੈਂ? ਨਹੀਂ ਰੀਤਾ, ਕੀ ਹੋ ਗਿਆ ਤੁਹਾਨੂੰ? ਕੁਛ ਨਹੀਂ ਬਸ, ਥੋੜ੍ਹਾ ਮੂਡ ਅਪਸੈਟ ਹੋ ਰਿਹਾ। ਲੈ ਗੱਲ ਤਾਂ ਦੱਸੋ, ਹੋਇਆ ਕੀ ਆ? ਗੱਲ ਕੀ ਦੱਸੀ ਰੀਤਾ, ਮੈਨੂੰ ਅੱਜ ਨਰਸ ਨੇ ਜਵਾਬ ਦੇ ਦਿੱਤਾ, ਉਹ ਕਹਿੰਦੇ ਤੁਹਾਡੇ ਬੇਬੀ ਨਹੀਂ ਹੋ ਸਕਦਾ। ਬੇਬੀ ਨਹੀਂ ਹੋ ਸਕਦਾ? ਇੰਨੇ ਟਾਈਮ ਤੋਂ ਮੈਂ ਦਵਾਈਆਂ ਖਾ ਰਹੀ ਸੀ ਕਾਸ ਲੈ ਕੇ, ਫਿਰ ਮੈਨੂੰ ਵੀ ਪਤਾ ਸੀ ਵੀ ਅੱਜ ਜਵਾਬ ਹੀ ਮਿਲ ਜਾਣਾ, ਸਾਡੀਆਂ ਤਾਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਹਦਾ ਕੋਈ ਵੀ ਹੱਲ ਨਹੀਂ ਹੈਗਾ? ਨਹੀਂ ਰੀਤੇ, ਇਹਦਾ ਕੋਈ ਹੱਲ ਨਹੀਂ, ਉਹ ਤਾਂ ਕਹਿੰਦੇ ਜਾਂ ਤਾਂ ਬੱਚਾ ਗੋਦ ਲੈ ਲਓ, ਜਾਂ ਕੋਈ ਇਸ ਤਰ੍ਹਾਂ ਦਾ ਹੋਵੇ ਵੀ ਸਾਨੂੰ ਕੋਈ ਕੁੱਖ ਮਿਲ ਜਾਵੇ, ਕੋਈ ਸਾਨੂੰ ਬੱਚਾ ਪੈਦਾ ਕਰਕੇ ਦੇ ਦੇਵੇ, ਬਸ ਇਸ ਚੀਜ਼ ਦਾ ਤਾਂ ਇੱਕੋ ਹੀ ਹੱਲ ਹੈ, ਪਰ ਮੈਂ ਕਦੇ ਮਾਂ ਨਹੀਂ ਬਣ ਸਕਦੀ। ਚਲੀ ਬਹੁਤ ਮੂਡ ਅਪਸੈਟ ਹੋ ਰਿਹਾ। ਜੇ ਤੁਸੀਂ ਬੁਰਾ ਨਾ ਮੰਨੋ, ਮੈਂ ਤੁਹਾਨੂੰ ਇੱਕ ਗੱਲ ਕਹਾਂ? ਹਾਂ ਦੱਸ ਰੀਤਾ। ਤੁਸੀਂ ਨਾ ਬੱਚਾ ਗੋਦ ਲੈ ਲਓ, ਐਵੇਂ ਆਪਣਾ ਮਨ ਨਾ ਖਰਾਬ ਕਰੋ। ਨਹੀਂ ਨਹੀਂ ਰੀਤਾ,
ਮੈਂ ਬੱਚਾ ਨਹੀਂ ਗੋਦ ਲੈ ਸਕਦੀ ਕਿਉਂਕਿ ਬੇਗਾਨਾ ਖੂਨ ਕਦੇ ਵੀ ਆਪਣਾ ਨਹੀਂ ਹੋ ਸਕਦਾ। ਵੇਖਦੀ ਹਾਂ ਦੁਨੀਆ 'ਤੇ ਕੋਈ ਨਹੀਂ ਕਿਸੇ ਨੂੰ ਸਿਆਣਦਾ ਹੈਗਾ, ਬੇਗਾਨੇ ਖੂਨ ਕਦੇ ਆਪਣੇ ਨਹੀਂ ਬਣਦੇ ਹੁੰਦੇ। ਇਸ ਕਰਕੇ ਮੈਂ ਨਹੀਂ ਚਾਹੁੰਦੀ ਕਿ ਅਸੀਂ ਬੱਚਾ ਗੋਦ ਲਈਏ। ਚਲੋ ਤੁਸੀਂ ਟੈਨਸ਼ਨ ਨਾ ਲਓ, ਮੈਂ ਤੁਹਾਡੇ ਵਾਸਤੇ ਵਧੀਆ ਜਿਹੀ ਚਾਹ ਬਣਾ ਕੇ ਲੈ ਕੇ ਆਉਂਦੀ ਹਾਂ। ਠੀਕ, ਕਿਸਮਤ ਹੌਲੀ ਹੋਈ ਹੈ। ਸੁੱਤਾ ਪਿਆ ਬਾਪੂ? ਨਹੀਂ ਪੁੱਤ, ਤੂੰ ਠੰਡ ਜੀ ਲੱਗਦੀ ਸੀ, ਮੈਂ ਮੂੰਹ ਢੱਕ ਲਿਆ। ਦਵਾਈ ਲੈ ਲਈ? ਦਵਾਈ ਤਾਂ ਪੁੱਤ ਲੈ ਲਈ ਆ ਗਈ ਤੂੰ? ਹੈ ਹਾਂ, ਦੁੱਧ ਲਿਆਂਦੀ ਮੈਂ ਤਾਂ ਚਾਹ ਬਣਾ ਝੱਕ ਕੇ ਜਾਂਦਾ ਸੀ, ਪਹਿਲਾਂ ਕੋਸੇ ਪਾਣੀ ਨਾਲ ਲਈਏ ਦਵਾਈ। ਬਾਪੂ ਬਸ ਅੱਜ ਦਾ ਨਾ ਮੂਡ ਜਮੀ ਖਰਾਬ ਹੋ ਗਿਆ, ਮੈਂ ਤਾਂ ਦੁੱਧ ਲਿਆਉਣਾ ਹੀ ਭੁੱਲ ਗਈ। ਕੋਈ ਨਾ, ਰਾਤ ਵਾਲਾ ਪਿਆ ਹੋਣਾ, ਤੈਨੂੰ ਉਹਦੀ ਚਾਹ ਬਣਾ ਦਿੰਦੀ ਹਾਂ। ਐਂ ਦੱਸ ਪੁੱਤ, ਮੂਡ ਕਿਉਂ ਖਰਾਬ ਹੋ ਗਿਆ ਤੇਰਾ, ਕੀ ਹੋ ਗਿਆ? ਨਹੀਂ ਬਾਪੂ, ਮੈਨੂੰ ਤਾਂ ਕੁਛ ਨਹੀਂ ਹੋਇਆ, ਪਰ ਜਿਹੜੀ ਮੈਡਮ ਆ ਨਾ, ਦੇਖੋ ਉਹਨਾਂ ਕੋਲ ਕਿੰਨਾ ਪੈਸਾ ਹੈ, ਪਰ ਉਹਨਾਂ ਕੋਲ ਖੁਸ਼ੀਆਂ ਨਹੀਂ ਹੈਗੀਆਂ। ਖੁਸ਼ੀਆਂ ਪੁੱਤ ਉਹ ਨਾ ਆਪਾਂ ਨੂੰ ਕੰਮ ਕੁੰਮ ਕਰਨ ਵਾਲੇ ਨੂੰ ਨਾ ਬੰਦੇ ਨਹੀਂ ਸਮਝਦੇ, ਉਹਨਾਂ ਦੇ ਅੰਦਰ ਨਾ ਕਿਸੇ ਵਾਸਤੇ ਥਾਂ ਨਹੀਂ ਵੀ ਉਹ ਕਿਸੇ ਨੂੰ ਪਿਆਰ ਕਰਨ। ਨਹੀਂ ਨਹੀਂ ਬਾਪੂ, ਮੈਨੂੰ ਬਹੁਤ ਪਿਆਰ ਕਰਦੇ ਨੇ, ਬਾਹਲੀ ਚੰਗੀ ਮੈਡਮ ਆ। ਅੱਛਾ, ਪਰ ਮੈਨੂੰ ਤਾਂ ਲੱਗਦਾ ਰੱਬ ਨੇ ਸਾਰੇ ਦੁੱਖ ਨਾ ਉਸੇ ਦੇ ਕਰਮਾਂ 'ਚ ਹੀ ਲਿਖਤੇ। ਪਤਾ ਅੱਜ ਉਹਨੂੰ ਡਾਕਟਰ ਨੇ ਕੀ ਕਿਹਾ, ਉਹ ਸਾਰੀ ਉਮਰ ਮਾਂ ਨਹੀਂ ਬਣ ਸਕਦੀ, ਵੀ ਜਾਂ ਬੱਚਾ ਗੋਦ ਲੈ ਲਓ, ਨਹੀਂ ਤਾਂ ਪਤਾ ਨਹੀਂ ਹੋਰ ਕੀ ਕਹਿੰਦੇ ਸੀ। ਅੱਛਾ, ਇਹ ਤਾਂ ਬਹੁਤ ਬਹੁਤ ਹੀ ਜ਼ਿਆਦਾ ਫਿਰ ਮਾੜਾ ਕੰਮ ਹੋਇਆ ਪੁੱਤ। ਦੇਖ ਲੈ ਬਾਪੂ, ਇੰਨੀ ਜਾਇਦਾਦ ਉਹਨਾਂ ਦੀ ਐਂ ਜਾਊਗੀ, ਆਪਾਂ ਗਰੀਬ ਜ਼ਰੂਰ ਆ, ਖੁਸ਼ੀ ਤਾਂ ਹੈਗੀ ਹੈ ਨਾ ਆਪਣੇ ਘਰੇ। ਹਾਂ ਪੁੱਤ, ਇਹ ਤਾਂ ਹੈਗਾ ਹੀ ਹੈ। ਅਤੇ ਉਹ ਟੈਸਟ ਟੂਸਟ ਕਰਵਾਉਣ ਗਏ ਸੀ ਪੁੱਤ? ਬਾਪੂ ਹੁਣ ਤਾਂ ਬਾਹਲੇ ਸਾਲ ਹੋ ਗਏ ਦਵਾਈ ਖਾਂਦੀ ਨੂੰ, ਵਿਚਾਰੀ ਨੂੰ ਅੱਜ ਤਾਂ ਡਾਕਟਰ ਨੇ ਸਿੱਧੇ ਜਵਾਬ ਦੇ ਤਾ ਵੀ ਇੱਥੇ ਆਉਣ ਦੀ ਕੋਈ ਲੋੜ ਨਹੀਂ, ਕੋਈ ਦਵਾਈ ਨਹੀਂ ਉਹਨਾਂ ਨੂੰ ਕੰਮ ਕਰਦੀ। ਉਹ ਤਾਂ ਕੋਈ ਨਾ ਕੋਈ ਹੀਲਾ ਵਸੀਲਾ ਬਣ ਜਾਂਦਾ, ਉਹਦੇ ਘਰੇ ਦੇਰ ਤਾਂ ਹੈਗੀ, ਦੇਰ ਨਹੀਂ ਹੈਗਾ, ਕਿਸੇ ਨਾਲ ਕੋਈ ਨਾ ਕੋਈ ਤਾਂ ਕੁਦਰਤ ਕਰਦੀ ਹੈ, ਕ੍ਰਿਸ਼ਮਾ ਦਿਖਾਉਂਦੀ ਹੈ। ਮੈਂ ਕਿਹਾ ਸੀ ਬਾਪੂ ਵੀ ਮੈਡਮ ਕਿ ਤੁਸੀਂ ਬੱਚਾ ਗੋਦ ਲੈ ਲਓ, ਪਰ ਮੈਡਮ ਮੰਨੀ ਨਹੀਂ, ਕਹਿੰਦੀ ਵੀ ਗੋਦ ਲਿਆ ਹੋਇਆ ਬੱਚਾ ਆਪਣਾ ਨਹੀਂ ਬਣ ਸਕਦਾ, ਉਹ ਆਪਣਾ ਰੰਗ ਜ਼ਰੂਰ ਦਿਖਾਉਂਦਾ। ਵੈਸੇ ਬਾਪੂ ਗੱਲ ਵੀ ਸਹੀ ਆ ਪੁੱਤ, ਇਹ ਗੱਲ ਤਾਂ ਠੀਕ ਹੈ, ਪਰ ਜਿਵੇਂ ਕੁਦਰਤ ਨੂੰ ਮਨਜ਼ੂਰ ਹੈ ਨਾ ਉਵੇਂ ਦੇ ਵੀ ਬਣੂਗਾ ਪੁੱਤ। ਹਾਂ ਬਾਪੂ, ਚੱਲ ਬਾਪੂ ਆਪਾਂ ਵੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ, ਮੈਂ ਚਾਹ ਬਣਾ ਕੇ ਲਿਆਉਂਦੀ ਤੇਰੇ ਵਾਸਤੇ। ਚਾਹ ਪੁੱਤ ਬਿਨਾ ਦੁੱਧ ਤੋਂ ਬਣਾ ਲੈ ਪੁੱਤ। ਨਹੀਂ ਨਹੀਂ, ਪਿਆ ਰਾਤ ਵਾਲਾ ਦੁੱਧ ਬਾਪੂ। ਅੱਛਾ, ਚੱਲ ਬਣਾ ਮੇਰਾ ਪੁੱਤ। ਬਣਾਉਂਦੀ ਹਾਂ। ਤਾਂ ਦੇਖ ਮੇਰੀ ਧੀ ਵੀ ਕਿੰਨਾ ਸੋਚਦੀ ਹੈ, ਉਹਨਾਂ ਵਾਸਤੇ ਕੰਮ ਕਰਦੀ ਹੈ, ਘਰ ਵਾਲੀ ਗੱਲ ਬਣੀ ਪਈ ਹੈ। ਮੈਨੂੰ ਤਾਂ ਇਹ ਸੀ ਵੀ ਕਿਤੇ ਇਹਨੂੰ ਕੁਛ ਕਹਿਤਾ ਹੋਣਾ, ਕਹਿੰਦੀ ਸੀ ਵੀ ਮੈਡਮ ਅਤੇ ਇਹ ਤਾਂ ਆਹਦੀ ਚੰਗੀ ਵਾਲੀ ਹੈ, ਮੈਨੂੰ ਤਾਂ ਭੈਣਾਂ ਵਾਂਗੂ ਪਿਆਰ ਕਰਦੀ ਹੈ। ਚੱਲ ਚੰਗਾ, ਮਾਰਕ ਸੱਚੇ ਪਾਤਸ਼ਾਹ ਕੋਈ ਕਿਰਪਾ ਕਰੇ, ਉਹਨੂੰ ਵੀ 50 ਦਿਨ ਸੁੱਖ ਦੇ ਦਿਖਾਵੇ, ਉਸੇ ਨੇ ਕਰਨਾ ਸਾਰਾ ਕੁਛ, ਬੰਦਾ ਤਾਂ ਕੁਛ ਨਹੀਂ ਕਰ ਸਕਦਾ। ਮੈਂ ਤਾਂ ਤੁਹਾਨੂੰ ਕਹਿੰਦੀ ਸੀ ਸਾਗ ਦੀਆਂ 2 ਚੀਰੀਆਂ ਤੋੜ ਲਿਆਉਂਦੇ। ਸਾਗ ਸਾਗ ਲਿਆਉਣਾ, ਇਹਨਾਂ ਤਾਂ ਫੇਰ ਗੇੜੇ ਮਾਰੇ ਆਉਂਗਾ। ਹਾਂ ਨਾ, ਕਿ ਸਾਗ ਲਿਆਉਣਾਗਾ ਹੋਰ, ਸਾਗ ਤਾਂ ਚਾਹੇ ਥੋੜਾ ਜਿਹਾ ਲਿਆਇਓ, ਪਾਲਕ ਮੇਥਾ ਜਾਂ ਜ਼ਿਆਦਾ ਲਿਆਇਓ। ਚਲੋ ਉਹ ਵੀ ਲਿਆਵਾਂ, ਸਾਰਾ ਕੁਛ ਹੀ ਲਿਆਵਾਂਗੇ, ਤਾਂ ਬਾਕੀ ਗਏ ਉਹ। ਮੈਂ ਕਹਿੰਦਾ ਜੀ, ਮੈਂ ਕਿਹਾ ਜੋਰਾ ਢਿੱਲਾ ਜਿਹਾ ਦੱਸਦੇ ਸੀ, ਮੈਂ ਮਾੜਾ ਉਹਦੇ ਕੋਲ ਜਾ ਆਵਾਂ 2 ਮਿੰਟ। ਫਿਰ ਜਾਇਓ, ਟਾਈਮ ਲੱਗ ਜੂਗਾ, ਮੈਂ ਸਾਗ ਧਰ ਦੂੰ, ਤੁਸੀਂ ਉਹਦੇ ਕੰਨੀ ਜਾ ਆਇਓ। ਪਹਿਲਾਂ ਸਾਗ ਲਿਆ ਕੇ ਦੇਵਾਂ? ਪਹਿਲਾਂ ਸਾਗ ਲਿਆ ਦਿਓ, ਦਿਨ ਤਾਂ ਮਾੜੇ ਮਾੜੇ ਨੇਗੇ, ਨਾਲੇ ਗਏ ਬੰਦੇ ਦਾ ਉਹਦਾ ਟਾਈਮ ਹੀ ਲੱਗ ਜਾਂਦਾ ਹੁੰਦਾ ਹੈਗਾ। ਨਹੀਂ ਆਇਓ, ਮੈਂ ਟਾਈਮ ਤਾਂ ਨਹੀਂ ਲਾਉਂਦਾ, ਬਾਕੀ ਚੱਲ ਦੇਖਦਾ ਫਿਰ ਮੈਂ।
ਹੋਰ ਫਿਰ ਜਾਇਓ, 10 ਮਿੰਟਾਂ ਨਾਲ ਕੁਛ ਨਹੀਂ ਹੁੰਦਾ। ਹੁਣ ਲਿਆ ਦੂੰਗਾ ਸਾਗ ਤਾਂ। ਮੇਰੇ ਤਾਂ ਕੰਮ ਸਾਰਾ ਕੰਮ ਮੇਰਾ ਥੋੜਾ ਹੀ ਰਹਿੰਦਾ ਹੈਗਾ, ਮੇਰੇ ਤਾਂ ਭਾਂਡੇ ਭਾਂਡੇ ਰਹਿ ਗਏ ਮਾਂਜਣ ਵਾਲੀ, ਹੋਰ ਤਾਂ ਕੰਮ ਨਿਬੇੜ ਰੱਖਿਆ ਮੈਂ ਸਾਰਾ। ਚੱਲ ਫਿਰ ਤਾਂ ਠੀਕ ਆ। ਚੱਲ ਫਿਰ ਮੈਨੂੰ ਉਹ ਲਿਆ ਕੇ ਦੇ ਕੋਈ ਕੱਪੜਾ ਜਾਂ, ਮੈਂ ਲਿਆ ਦੇਣਾ ਸਾਗ ਦੇ ਨੂੰ। ਚੁੰਨੀ ਜੀ ਲਿਆ ਦੇਣੀ, ਮੈਂ ਇੱਥੋਂ ਨਹੀਂ ਤੁਰਿਆ ਜਾਂਦਾ ਹੈਗਾ। ਕੁਛ ਨਹੀਂ ਹੁੰਦਾ, ਪਤਾ ਨਹੀਂ ਚੱਲਦੇ। ਚੱਲ ਨਾਲੇ ਤੂੰ ਗੇੜਾ ਮਾਰੀ ਬੰਨ ਲੈ, ਚੱਕ ਕੇ ਕੱਪੜਾ। ਚੱਲ ਮੈਂ ਲਿਆਉਣੀ ਹੈ ਕੱਪੜਾ। ਹੋਰ ਆਏ ਗੇੜਾ ਮਾਰਿਆ ਹੀ ਬਹਾਨੇ ਨਾ ਰੱਖ, ਰੋਜ਼ ਕਹਿ ਦਿੰਦੀ ਤੂੰ ਇਕੱਲੀ ਖਾ ਜਾਂਦਾ, ਫਿਰ ਤੂੰ ਵੀ ਜਾਏ ਅੱਜ। ਚੰਗਾ ਬਾਪੂ ਮੈਂ ਜਾਂਦੀ ਹਾਂ ਕੰਮ ਤੇ। ਚੰਗਾ ਬਾਪੂ ਧਿਆਨ ਨਾਲ ਜਾਈ ਹੈਂ। ਰੋਟੀ ਬਣਾ ਦੀ ਲਿਆ ਕੇ ਦਵਾਂ? ਹੋਰ ਜੀ ਹੋਰਾ ਸਿੰਘ ਜੀ ਕੀ ਹਾਲ ਚਾਲ ਹੈ? ਆਓ ਜੀ ਆਓ ਦਰਬਾਨ ਸਾਹਿਬ, ਠੀਕ ਹੈ ਜੀ ਕਾ? ਹੋਰ ਠੀਕ ਹੈ ਪੁੱਤ? ਹਾਂਜੀ ਚਲੋ ਭਾਈ ਵਧੀਆ। ਬੈਠ ਗਏ? ਬੈਠੋ ਜੀ ਬੈਠੋ। ਨਾ ਨਾ ਪੁੱਤ ਕਿਆ ਨਹੀਂ, ਬਸ ਤੂੰ ਐਂ ਦੱਸ ਤੂੰ ਕਿਵੇਂ ਹੁਣ? ਮੈਂ ਤਾਂ ਚਾਹੁੰਦਾ ਸਾਂ ਢਿੱਲਾ ਹੀ ਹੈ ਕੰਮ, ਉਹ ਤਾਂ ਮੈਨੂੰ ਪਤਾ ਗਾ ਹਜੇ ਕੁਛ ਐਂ ਸੀ ਜ਼ਿਆਦਾ। ਦਵਾਈ ਬੂਟੀ ਜੀ ਤਾਂ ਲਈ ਜਾਂਦੇ ਆ ਕੋਈ ਖਾਸ? ਚਲ ਬਾਪੂ ਮੈਂ ਜਾਣੀ ਮਿਲੇ। ਚੰਗਾ ਬਾਪੂ, ਇਹ ਆਪਣੀ ਗੁੜਗਾ ਟੱਕਰੀ ਸੀਗੀ। ਅੱਛਾ, ਮੈਨੂੰ ਕਹਿੰਦੀ ਡਾਕਟਰ ਕੋਲ ਲੈ ਕੇ ਗਏ ਸੀ, ਉਹ ਕਹਿੰਦਾ ਕੀ ਗੱਲ 8-9 ਲੱਖ, ਐਡਾ ਕਿੱਡਾ ਕੰਮ ਵੱਧ ਗਿਆ। ਕਹਿੰਦੀ ਬਾ ਸਾਡੇ ਕੋਲ ਪੈਸੇ ਨਹੀਂ, ਤੈਨੂੰ ਪਤਾ ਵੀ ਔਖਾ ਹੋ ਜਾਂਦਾ ਬਾਪੂ ਮੇਰਾ, ਬਾਹਰ ਢਿੱਲਾ ਗਏ ਸੀ ਚੰਡੀਗੜ੍ਹ ਲੈ ਗਏ ਸੀ ਪੀਜੀਆਈ ਚ, ਉੱਥੇ ਵੀ ਕਹਿੰਦੀ ਹੁਣ ਜਵਾਬ ਦਾ ਪੈਸੇ ਵਾਹੇ ਲੱਗਣ, ਸਾਡੇ ਕੋਲ ਇੰਨੇ ਪੈਸੇ ਹੈ ਨੀ। ਕਹਿੰਦੀ ਹੁਣ 8-9 ਲੱਖ ਕਿੱਥੇ ਲੱਗ ਗਿਆ, ਔਖਾ ਵੀ ਹੋ ਜਾਂਦਾ ਭਾਈ ਕੱਲੀ, ਤੈਨੂੰ ਪਤਾ ਕੁੜੀ ਹੈ ਹੁਣ ਕੰਮ ਕਰਨ ਵਾਲਾ ਤੂੰ ਹੀ, ਫਿਰ ਹੁੰਦਾ ਟਾਈਮ ਪਾਸ ਤਾਂ ਫਿਰ ਕਰਨਾ ਹੀ ਪੈਂਦਾ। ਉੱਥੇ ਵੀ ਬਾਹਰ ਪਏ ਰੁੜੀ ਗਏ, ਉੱਥੇ ਤਾਂ ਮੈਂ ਹੋਰ ਵੀ ਜ਼ਿਆਦਾ ਢਿੱਲਾ ਹੋ ਗਿਆ। ਉਹ ਚੱਲ ਕੋਈ ਗੱਲ ਨਹੀਂ, ਜਿਹੋ ਜਿਹੀ ਹੋਈ ਨਾ ਦੱਸੀ ਮਾੜੀ ਮੋਟੀ ਮਦਦ ਕਰਾਂਗੇ, ਕੋਈ ਗੱਲ ਨਹੀਂ। ਦਵਾਈ ਤਾਂ ਫਿਰ ਲੈਣੀ ਪਊ, ਤੈਨੂੰ ਵੀ ਪਤਾ ਗਾ ਕੱਲ ਨੂੰ ਤੇਰੀ ਧੀ ਆ ਕੱਲੀ, ਕੌਣ ਆ ਉਹਦਾ, ਤੇਰੇ ਨਾਲ ਹੀ ਹੈ ਉਹ ਤਾਂ ਠੀਕ ਹੈ, ਮੇਰੇ ਨਾਲ ਹੈ ਤੇ ਮੈਂ ਉਹਦੇ ਨਾਲ, ਉਹ ਮਾੜਾ ਮੋਟਾ ਕਰੀ ਜਾਂਦੀ ਹੈ, ਬੈਠਾ ਮੈਂ ਮੰਜੇ 'ਚ ਤੇ ਹੁਣ ਤਾਂ ਚੰਗੇ ਡਾਕਟਰ ਨੂੰ ਦਿਖਾਇਆ ਜਾਵੇ ਨਾ, ਟੈਸਟ ਟੂਸਟ ਕਰਵਾ ਕੇ ਫਿਰ ਗੱਲ ਹੋਣੀ। ਚਲ ਕੋਈ ਗੱਲ ਨਹੀਂ, ਕਰ ਲਿਆ ਕੋਈ ਜਗਾੜਾ ਕਰਦਾ। ਤੁਹਾਨੂੰ ਕਿਵੇਂ ਗੁੜੀਆ ਮਿਲ ਗਈ ਸੀ ਜਾਂ ਕਿਵੇਂ ਪਤਾ? ਇਹ ਤਾਂ ਮੈਨੂੰ ਰਾਜ ਰੱਖ ਰਹੀ ਸੀ ਉਹਦੇ, ਉਹਦੇ ਇਸ ਨੇ ਦੱਸਿਆ ਮੈਨੂੰ, ਕਹਿੰਦੀ ਮੈਂ ਭਾਈ ਤੂੰ ਅਜੇ ਕਦੋਂ ਰੋਜ਼ ਹੀ ਜਾਂਦੀ ਸੀਗੀ, ਮੈਂ ਭਾਈ ਰੋਨੇ ਕਾਹਤੋਂ ਤੁਸੀਂ? ਕਹਿੰਦੀ ਐਂ ਰੋਵਾਂਗੇ, ਮੈਨੂੰ ਹੋਰ ਫਿਕਰ ਨਾ। ਕਹਿੰਦੀ ਜਦੋਂ ਕਿਸਮ ਦਾ ਧੋਖਾ ਦੇ ਗਈ, ਮਾਂ ਸੀ ਕਹਿੰਦੀ ਉਹ ਛੱਡ ਕੇ ਵਗ ਗਈ, ਹੁਣ ਪਿਓ ਸੀ ਜੇ ਉਹ ਵਗ ਕੇ ਕੱਲ ਨੂੰ ਮੇਰਾ ਕਿਹੜਾ ਰਹੂਗਾ। ਮੈਂ ਚੱਲ ਭਾਈ ਦੁੱਖ ਤਾਂ ਹੁੰਦਾ ਹੀ ਆ, ਬਾਕੀ ਸਿਰ ਕਰਦਾ ਕਰਦੀ ਵਾਲਾ, ਇੱਕ ਤਾਂ ਧੀਆਂ ਇਹੋ ਜਿਹੇ ਹੁੰਦੀਆਂ, ਅਗਲਾ ਕਹਿੰਦਾ ਆਪਾਂ ਕੀ ਲੈਣਾ, ਤੈਨੂੰ ਪਤਾ ਤੇਥੋਂ ਬਣਦਾ ਸਾਹ ਨਹੀਂ ਲੈਂਦੀ। ਇਹ ਤਾਂ ਹੁਣ ਸਾਰੇ ਥਾਂ ਹੈ, ਇਹਦੀ ਮਾਂ ਨਹੀਂ ਰਹੀ, ਇਹ ਪੁੱਤ ਵੀ ਇਹ ਹੈ, ਧੀ ਵੀ ਇਹ ਹੈ, ਤੇ ਜਾਂਦੀ ਵੀ ਦੱਸ ਕੇ ਜਾਂਦੀ ਹੈ, ਸਾਰਾ ਕੁਝ ਚਾਹ ਪਾਣੀ ਬਣਾ ਕੇ ਜਾਂਦੀ ਹੈ, ਆ ਕੇ ਫਿਰ ਆਉਣ ਸਾਰ ਖੜੂ ਪਿੱਛੋਂ ਬਾਪੂ ਰੋਟੀ ਖਾ ਲਈ ਚਾਹ ਪੀ ਲਈ, ਜਿਹੋ ਜਿਹਾ ਮੇਰੇ ਤੋਂ ਕੁਛ ਚੱਕਿਆ ਧਰਿਆ ਜਾਂਦਾ, ਕਰ ਲੈਂਦੇ ਹਾਂ ਚਾਹ। ਚਲੋ ਕਹਿੰਦੇ ਨੇ ਸਾਰਾ ਕੁਛ ਕਰਨਾ ਪੈਂਦਾ, ਕੋਈ ਗੱਲ ਨਹੀਂ, ਪਰਮਾਤਮਾ ਹੀ ਕਰਾਉਂਦਾ ਜਿਹੜਾ ਉਸ ਕਰਾਉਂਦਾ, ਤੇ ਬੰਦਾ ਤਾਂ ਕਿਹੜਾ ਕਰਨ ਵਾਲਾ ਕਿ ਨਹੀਂ। ਨਹੀਂ ਇਹ ਐਂ ਹੁੰਦਾ ਜੀ, ਪਰਮਾਤਮਾ ਵੀ ਕਰਾਉਂਦਾ ਤੇ ਕਈ ਬੰਦਿਆਂ 'ਚ ਵੀ ਰੱਬ ਵੱਸਦਾ। ਉਹ ਕਿਵੇਂ ਲਾਲਾ ਜੋਰਾ ਸਿਆ, ਰੱਬ ਨਾਲ ਇਹ ਗੇੜ ਫੇੜ ਬਣਾਉਂਦਾ ਹੁੰਦਾ ਹੈ, ਕਰਦਾ ਤਾਂ ਪਰਮਾਤਮਾ ਹੀ ਆ ਆਪਣਾ, ਬੰਦੇ ਨੇ ਕਰਦਾ, ਬੰਦਾ ਦਾ ਕੀ ਕਰਦਾ, ਉਹ ਪਰਮਾਤਮਾ ਆ ਕੇ ਬੰਦੇ ਦੇ ਵੱਸਦਾ, ਬੰਦੇ ਦਾ ਜਿਹੜਾ ਅੰਦਰ ਭਮੋਲਾ ਹੁੰਦਾ ਇਹ ਭਮਾ ਦਿੰਦਾ ਗਾ, ਉਦੋਂ ਫਿਰ ਬੰਦਾ ਕਹਿੰਦਾ ਆਪਾਂ ਆਹ ਕੰਮ ਕਰਕੇ ਫੇਰ ਹੀ ਕਰਦਾ ਗਾ, ਨਹੀਂ ਤਾਂ ਆਪਣੇ ਤਾਂ ਦਿਲ 'ਚ ਹੱਥ ਨੂੰ 1000 ਗੱਲਾਂ ਬਣਦੀਆਂ, ਜੇ ਆਪਣਾ ਦਿਲ ਦੇ ਮਗਰ ਆਪਾਂ ਆਹ ਕਰ ਦਈਏ ਆਹ ਕਰ ਦਈਏ, ਆਪਾਂ ਬੜਾ ਕੁਛ ਸੋਚ ਲੈਂਦੇ ਹਾਂ। ਕਈ ਬੰਦੇ ਤਾਂ ਜੀ ਐਂ ਨੇ ਗਾ ਰੱਖਦੇ ਆ ਵੀ ਇਹਨਾਂ ਕੋਲ ਕੁਛ ਹੈਗਾ, ਫੇਰ ਆਉਂਦੇ ਨੇ ਕੋਲੇ, ਅਤੇ ਉਹ ਬੰਦੇ ਤਾਂ ਬਿਰਲੇ ਹੀ ਨੇ ਜਿਹੜੇ ਕਹਿੰਦੇ ਨੇ ਯਾਰ ਫਲਾਣਾ ਬੰਦਾ ਔਖਾ ਹੈ, ਆਪਾਂ ਉਹਦੀ ਮਦਦ ਕਰੀਏ, ਆਪਾਂ ਕੁਛ ਉਹਨੂੰ ਦੇਈਏ, ਇਹੋ ਜਿਹੇ ਬੰਦੇ ਤਾਂ ਬਿਰਲੇ ਨੇ ਕਰਨਾ ਸਾਂ, ਹਰੇਕ ਬੰਦਾ ਨਹੀਂ ਇਹ ਕੰਮ ਕਰ ਸਕਦਾ। ਚੱਲ ਜੋਰ ਸਰ ਮੈਂ ਤਾਂ ਹੀ ਆਇਆ ਸੀਗਾ, ਮੈਂ ਗਰੀਬ ਬੰਦੇ ਕੋਲ ਕਿਹੜਾ ਜਾਂਦਾ ਗਾ, ਮੈਂ ਤਾਂ ਹੀ ਆਇਆ ਸੀ, ਮੈਂ ਨਾਲੇ ਤਾਂ ਪਤਾ ਲਿਆ, ਮੈਂ ਨਾਲੇ ਪੁੱਛ ਲਾਂ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਦੱਸੀ।
ਸਰਪੰਚ ਸਾਹਿਬ ਤੁਹਾਨੂੰ ਪਤਾ ਹੀ ਹੈ, ਸਾਹਮਣੇ ਸਾਰਾ ਕੁਛ ਸਾਹਮਣੇ ਹੈ ਤੁਹਾਡੇ। ਬਾਕੀ ਫਿਰ ਵੀ ਜੇ ਕੋਈ ਇਹੋ ਜਿਹੀ ਲੋੜ ਹੋਈ ਤੁਹਾਨੂੰ ਜ਼ਰੂਰ ਦੱਸਾਂ। ਕੋਈ ਗੱਲ ਨਹੀਂ, ਕਰਦੇ ਹਾਂ ਤੇਰਾ ਆ ਵੀ ਹੱਲ ਕਰਦੇ ਹਾਂ, ਕੋਈ ਗੱਲ ਨਹੀਂ। ਦੱਸਿਆ ਸੀਗਾ ਮੈਨੂੰ ਵੀ ਉਹਦੇ ਬਹੁਤ ਆਇਆ, ਮੈਂ ਇੰਨੀ ਗੁੜੀਆ ਬਹੁਤ ਔਖੀ ਵਿਚਾਰੀ, ਕੋਈ ਨਾ ਤੇਰਾ ਹੱਲ ਕਰਦੇ ਹਾਂ, ਕੋਈ ਤਾਂ ਇਲਾਜ ਤੱਕ ਤੇਰਾ ਕਰਾਵਾਂਗੀ, ਅਸੀਂ ਤਾਂ ਆਪ ਤੋਂ ਵੀ ਦੇਖਿਆ ਜਾਂਦਾ। ਚੱਲ ਠੀਕ ਹੈ, ਕੋਈ ਗੱਲ ਨਹੀਂ, ਮੈਂ ਕਰਦਾ ਕਿਸੇ ਨਾਲ ਗੱਲਬਾਤ, ਕਰਦੇ ਆਪਾਂ ਬਣਾਉਣੇ ਕੋਈ ਸਕੀਮ। ਠੀਕ ਹੈ ਜੀ, ਠੀਕ ਹੈ ਠੀਕ ਹੈ, ਮਾੜਾ ਜਿਹਾ ਹੌਸਲਾ ਰੱਖਿਆ ਕਰ। ਹਾਂ ਬਹੁਤ ਧੰਨਵਾਦ ਤੁਹਾਡਾ, ਹੌਸਲਾ ਹੀ ਹੈ ਬਸ, ਟੱਪੀਆਂ ਦਾ ਟਾਈਮ ਦਿਨ ਆ ਗਿਆ, ਹੁਣ ਬੈਠਣ ਦਾ ਮੈਂ ਵੀ ਕਹਿੰਦਾ, ਮੈਂ ਸਰਪੰਚ ਉੱਥੇ ਮੈਂ ਕੀ ਲੈਣਾ ਜਾ ਕੇ ਸਾਰਾ ਕੁਝ ਦੇਖਣਾ ਪੈਂਦਾ ਇਹਦੇ ਚ। ਅੱਜ ਕੱਲ੍ਹ ਤੈਨੂੰ ਪਤਾ ਜੀ, ਕਿਸੇ ਕੋਲ ਆਵਾਂ ਜਾਵਾਂਗੇ ਫੇਰ ਹੀ ਹੈ, ਇਹ ਤਾਂ ਸਾਡੇ ਕੋਲ ਤਾਂ ਹਰੇਕ ਹੀ ਵਗ ਜਾਂਦਾ, ਜਾਣਾ ਤਾਂ ਮਾੜੇ ਕੋਲ ਔਖਾ ਹੁੰਦਾ। ਬਸ ਇਹ ਤਾਂ ਆਪਾਂ ਹੁਣ ਗੱਲ ਕਰਕੇ ਹਟੇ ਹਾਂ ਜੀ, ਬਸ ਫਿਰ। ਹਾਂ ਤਾਂ ਪਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ, ਹੁਣ ਸਰਪੰਚ ਸਾਹਿਬ ਵੀ ਚੰਗੇ ਬੰਦੇ ਨੇ, ਭਲੇ ਮਾਨਸ ਨੇ, ਜਿਹੜੇ ਆ ਕੇ ਪਤਾ ਲੈ ਗਏ, ਨਾਲੇ ਧਲਾਸਾ ਵੀ ਦੇ ਕੇ ਗਏ ਵੀ ਕਰਾਉਂਦੇ ਹਾਂ ਜੋਰਾ ਸਿੰਘ ਤੇਰਾ ਕੰਮ। ਚਲੋ ਮਹਾਰਾਜ ਇਹਨਾਂ ਨੂੰ ਤਰੱਕੀ ਦੇਵੇ, ਤੰਦਰੁਸਤੀ ਬਖਸ਼ੇ। ਅੱਜ ਜਾੜਾ ਜਿਹਾ ਬਾਲੇ ਕੀਤਾ ਪਿਆ, ਸਾਰਾ ਸਾਗ ਤੋੜਿਆ ਪਿਆ ਸੜਕ ਤੇ, ਤੁਹਾਨੂੰ ਕਿੰਨੇ ਵਾਰੀ ਤਾਂ ਕਿਹਾ ਵੀ ਨਾ ਬੀਜਿਆ ਕਰੋ। ਉਹ ਐਂ ਨਹੀਂ, ਇਹ ਅਗਲਾ ਕਹਿੰਦਾ ਸਰਪੰਚ ਦਾ, ਇਹ ਕਿਹੜਾ ਕੁਛ ਕਹਿੰਦਾ ਹੈਗਾ, ਜਿਹਦਾ ਚਿੱਤ ਕਰਦਾ ਉਹੀ ਤੋੜ ਕੇ ਲੈ ਜਾਂਦਾ। ਲੈ ਫਿਰ ਸਰਪੰਚ ਦਾ ਬਾਣ ਫਿਰ, ਜਾੜਾ ਤਾਂ ਨਹੀਂ ਕਰਨਾ। ਇਹ ਸਰੂ ਮਾਡੀ ਬੀਜੀ ਸੈਨਿਕ, ਮਹਾ ਜੀ ਨੂੰ ਤੋੜ ਲੈ ਤੋੜ ਲੈਂਦੇ, ਕੁਛ ਨਹੀਂ ਹੁੰਦਾ, ਪਰਮਾਤਮਾ ਤੇ ਭਰੋਸਾ ਰੱਖਿਆ ਕਰ, ਉਹਨੇ ਵੱਧ ਹੁੰਦਾ ਆਪੇ ਫੁੱਟੀ ਜਾਊਗੀ, ਇਹਨੂੰ ਕੁਛ ਨਹੀਂ ਹੁੰਦਾ। ਚਲ ਕੋਈ ਨਾ, ਨਾਲੇ ਆ ਦੇਖ ਲੈ ਮਿਰਚਾਂ ਮੁਰਚਾਂ ਕਰੇ ਜਮੀ ਨਹੀਂ ਗੱਲ ਕਰਦੇ, ਕਿਵੇਂ ਲਾਲ ਹੋਣਾ ਪਈਆਂ ਹੁਣ, ਕਿਤੇ 10 ਦਿਨਾਂ ਤੋਂ ਚੰਡੀਗੜ੍ਹ ਵਗ ਗਿਆ, ਉੱਥੋਂ ਮੁੜ ਕੇ ਫਿਰ ਮਿਰਚਾਂ ਦਾ ਪੱਕ ਗਿਆ। ਉਹ ਚੰਨੀ ਵੇਲਾ ਹੁੰਦਾ, ਉਹਨੂੰ ਕਾਇਦੇ ਕਰੋ ਤੋੜ ਲੂਗਾ। ਚੱਲ ਤੈਨੂੰ ਪਤਾ ਹੀ ਹੈ ਬਸ, ਉਹ ਨਹੀਂ ਤੋੜ ਕੇ ਜਾਂਦਾ, ਆਪ ਨੂੰ ਲਿਜਾਣਾ ਪੈਂਦਾ, ਉਹ ਕੰਮ ਵਾਲੇ ਨੂੰ ਕਹਿੰਦਾ ਕਰ, ਉਹ ਪਾਤਾ ਫਿੱਟ ਕੇ ਗੋਹਾ ਜਿਹਾ ਭੱਜ ਜਾਂਦਾ ਇੱਥੇ, ਉਹ ਹਰਗਿਆਂ ਤੋੜ ਲਾ, ਲਾਲ ਤਾਂ ਸੁਕਾ ਕੇ ਆਪਾਂ ਪਿਆ ਲਾਂਗੇ। ਬਸ ਇਹਨੂੰ ਅਸੀਂ ਡੇਗੂੰਗੇ, ਚਟਨੀ ਬਣਾਉਂਗੀ ਨਾ, ਲਾਲ ਮਿਰਚਾਂ ਦੀ ਵਧੀਆ ਬਣਦੀ ਹੈਗੀ, ਆ ਹਰੀਆਂ ਜਿਹੀ ਤਾਂ ਬਣਦੀ ਨਹੀਂ ਵਧੀਆ। ਲਾਲ ਤੋੜ ਲਾ ਫਿਰ, ਮੈਂ ਵੀ ਤੋੜ ਦੇਣਾ ਸ਼ੁਰੂ। ਹੋਰ ਨਾਲੇ ਸਾਰੀ ਮਿਰਚਾਂ ਥੱਲੇ ਡਿੱਗੀ ਆਉਂਦੀਆਂ ਨੇ, ਇਹ ਇਦੋਂ ਪਿੱਛੋਂ ਕਦੋਂ ਤੋੜੋਗੇ? ਤੋੜ ਲਾਂਗੇ। ਤੂੰ ਕਹਿ ਕਿਉਂ ਮੁੰਡੇ ਨੂੰ ਤੜਵਾ ਲਾ, ਜਿਹੜੀਆਂ ਸੇਰ ਹੈਗੀਆਂ ਸਾਰੀਆਂ ਖਰਾਬ ਹੋ ਜਾਣਗੀਆਂ। ਤੜਵਾ ਦੇਂਗੇ, ਉਹਨੂੰ ਕਹਾਂਗਾ ਰਾਮੂ ਨੂੰ, ਰਾਮੂ ਨੂੰ ਭੇਜ ਦਾਂਗੇ ਇੱਕ ਦਿਨ। ਆਪ ਤਾਂ ਤਾਂ ਨਾ ਜਮਾ ਨਹੀਂ ਦੇਖਦੇ ਹੈਗੇ, ਵੀ ਕੰਮ ਪਿਆ ਭਈ ਸਾਡਾ ਖੇਤ ਚ ਇੰਨਾ ਖਲਿਆਰ ਖਿੰਡਿਆ। ਉਹ ਤਾਂ ਹੀ ਤਾਂ ਕਹਿੰਦੇ ਨੇ ਸਰਪੰਚ ਦੇ ਸਾਰੇ ਕੰਮ ਰਹਿ ਜਾਂਦੇ ਆ, ਅਗਲਾ ਕਾਇਦਾ ਦਿੰਦਾ ਸਰਪੰਚੀ ਕਰਨੀ ਕਿਹੜਾ ਸੌਖੀ ਆ। ਲੈ ਪਰ ਉਹਨੂੰ ਕਾਹਦੇ ਖਾਤਰ ਰੱਖਿਆ, ਕੰਮ ਖਾਤਰ ਹੀ ਰੱਖਿਆ, ਹੋਰ ਕਿਹੜਾ ਮੂੰਹ ਦੇਖਣਾ ਆਪਾਂ ਨੇ। ਭੇਜ ਦਿਆਂਗੇ ਜਨਾਬ ਜੀ, ਜ਼ਰੂਰ ਭੇਜ ਦਿਆਂਗੇ, ਗੁੱਸੇ ਨਾ ਹੋ, ਕੱਲ ਨੂੰ ਮਿਰਚਾਂ ਹੁਣ ਸਾਰੀ ਮਿਰਚਾਂ ਦੇਖ ਲੈ ਕਿਵੇਂ ਹੋਈਆਂ ਪਈਆਂ ਲਾਲ। ਚੱਲ ਕੋਈ ਨਹੀਂ ਫਿਰ, ਕੱਲ ਨੂੰ ਤੋੜ ਦੂੰ, ਕਹਿੰਦਾ ਇੱਥਾਂ ਤੜਵਾ ਦੂੰ, ਸਾਰੀਆਂ ਤੜਵਾ ਦੂੰ, ਮੈਂ ਤੋੜ ਦੂੰਗਾ। ਚੱਲ ਬਥੇਰੀਆਂ ਨੇ, ਬਹੁਤ ਨੇਗੀਆਂ, ਮੈਂ ਕੱਢ ਲੂੰਗਾ। ਲੈ ਬਾਈ ਆ ਸਰਪੰਚ ਨੇ ਦਾਦਾ, ਬਸ ਬੈਠ ਗਈ। ਚਲੋ ਹੋਰ, ਹੁਣ ਧਰ ਲਈ ਜਾ ਕੇ ਸਾਗ, ਜਾ ਕੇ ਹੁਣੇ ਬਣਾਉਣਾ ਵੀ ਹੈ। ਹੋਰ ਚਲੋ ਮੇਰੀ ਗੱਲ ਸੁਣੋ ਜੀ ਉਰਿਓ। ਉਹ ਕੀ ਸੁਣਾ ਤੇਰੀ ਗੱਲ ਯਾਰ? ਮੈਂ ਨਾ ਤੁਹਾਡੇ ਨਾਲ ਇੱਕ ਰਾਏ ਕਰਨੀ ਹੈ। ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਵੀ ਤੁਸੀਂ ਨਾ ਬੱਚਾ ਕਿਸੇ ਹੋਰ ਤੋਂ ਲੈ ਲਓ। ਉਹ ਯਾਰ ਮੈਂ ਨਹੀਂ ਲੈਂਦਾ ਬੱਚਾ, ਬੱਚਾ ਜੇ ਰੱਬ ਨੇ ਦਿੱਤਾ ਨਾ ਆਪੇ ਦੇ ਦੂਗਾ। ਲੈ ਕਿਉਂ ਨਹੀਂ ਲੈ ਸਕਦੇ? ਆਪਾਂ ਆਪਣੇ ਘਰ ਵੱਲ ਵੇਖਣਾ ਗਾ। ਉਹ ਘਰ ਵੱਲ ਦੇਖਣਾ ਬਹੁਤ, ਮੈਂ ਹੁਣ ਦੋਸਤ ਨੇ ਲਿੱਤਾ ਇੱਕ ਉਦੋਂ, ਬਾਅਦ ਚੋਂ ਲੈ ਕੁੜੀ ਭੱਜ ਗਈ ਉਹਦੀ, ਹੁਣ ਕੀ ਕਰਾਂਗੇ? ਆਪਦਾ ਖੂਨ ਹੋਵੇ ਤੇ ਬੰਦਾ ਸਮਝਾ ਵੀ ਲੈਂਦਾ, ਬਗਾਨੇ ਖੂਨ ਕਿੱਥੇ ਸਮਝਾ ਲਾਂਗੇ? ਉਹ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਜੀ, ਖੂਨ ਤਾਂ ਆਪਣਾ ਹੀ ਹੋਊਗਾ, ਬੱਚਾ ਤੁਹਾਡਾ ਹੀ ਹੋਊਗਾ। ਪਰ ਮੈਨੂੰ ਮੇਰੀ ਇੱਕ ਸਹੇਲੀ ਦੱਸਦੀ ਸੀ, ਕਹਿੰਦੀ ਸੀ ਵੀ ਕੋਈ ਇਸ ਤਰ੍ਹਾਂ ਨਾ ਭੁੱਖ ਮਿਲ ਜਾਂਦੀ ਹੈ ਮੁੱਲ, ਵੀ ਪੈਸੇ ਤਾਂ ਲੱਗਣਗੇ ਬਾਬਾ, ਘੱਟੋ ਘੱਟ 10-12 ਲੱਖ ਰੁਪਇਆ ਆਪਾਂ ਨੂੰ ਦੇਣਾ ਪਊਗਾ, ਐਗਰੀਮੈਂਟ ਹੋਊਗਾ ਵੀ, ਪਰ ਉਹ ਨਾ ਆਪਾਂ ਨੂੰ ਬੱਚਾ ਜੰਮ ਕੇ ਦੇ ਦੇਣਗੇ, ਬੱਚਾ ਤੁਹਾਡਾ ਹੀ ਹੋਊਗਾ। ਤੇ ਫਿਰ ਦੱਸੋ ਮੈਨੂੰ ਇਹਦੇ ਵਿੱਚ ਗਲਤ ਕੀ ਹੈਗਾ? ਆਪਣਾ ਘਰ ਵਸਦਿਆਂ ਚ ਰਹਿ ਜੂਗਾ,
ਉਹ ਤਾਂ ਠੀਕ ਆ ਜੇ ਆਪਣਾ ਬੱਚਾ ਹੋਊਗਾ ਫਿਰ ਤਾਂ ਕੋਈ ਟੈਨਸ਼ਨ ਨਹੀਂ ਆਪਾਂ ਨੂੰ, ਪਰ ਦੱਸ ਦੀ ਥਾਂ 12 ਲੱਗ ਜੇ। ਹਾਂਜੀ ਆਈ ਮੈਂ ਕਹਿੰਦੀ ਸੀ ਨਾ ਤੁਹਾਨੂੰ ਵੀ ਆਪਣੇ ਕੋਲ ਤਾਂ ਨਾ ਹੁਣ ਇਹੋ ਹੀ ਹੱਲ ਹੈ, ਹੋਰ ਆਪਣੇ ਕੋਲ ਕੋਈ ਹੱਲ ਨਹੀਂ ਹੈਗਾ ਵੀ ਕਿਸੇ ਕੁੱਖ ਦਾ ਆਪਾਂ ਪਤਾ ਕਰੀਏ ਹੈ ਨਾ, ਜਿਹੜੀ ਆਪਾਂ ਨੂੰ ਇਸ ਤਰ੍ਹਾਂ ਕੋਈ ਦੇ ਸਕੇ ਬੱਚਾ। ਉਹ ਅੱਜ ਕੱਲ੍ਹ ਕੌਣ ਕੁੱਖ ਦਊ ਯਾਰ, ਕਮਾਲ ਕਰੀ ਜਾਂਦੀ ਆ ਤੂੰ ਜਵਾਕਾਂ ਵਾਲੀਆਂ ਗੱਲਾਂ ਕਰੀ ਜਾਂਦੀ ਯਾਰ। ਉਹ ਨਹੀਂ ਜੀ, ਬਹੁਤ ਜ਼ਰੂਰਤਮੰਦ ਲੋਕ ਪਏ ਨੇ, ਜੇ ਬਾਅਦ ਚ ਪਤਾ ਲੱਗ ਗਿਆ ਭਾਵੇਂ ਛਿੱਤਰ ਪੈਣਗੇ, ਮੁੜ ਕੇ ਪੁਲਿਸ ਕਾਰਵਾਈ ਹੋ ਜੂ ਯਾਰ। ਲੈ ਜਦੋਂ ਲਿਖਤ ਲਿਖਾਈ ਹੋ ਗਿਆ ਜੀ ਫਿਰ ਥੋੜ੍ਹਾ ਨਾ ਕੋਈ ਕਾਰਵਾਈ ਹੋਊਗੀ, ਤੁਸੀਂ ਕਮਲੇ ਹੋਏਗੇ, ਤੁਸੀਂ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਜੋ ਕਹਿ ਰਹੀ ਹਾਂ ਨਾ ਬਹੁਤ ਸੋਚ ਸਮਝ ਕੇ ਕਹਿ ਰਹੀ ਹਾਂ। ਫਿਰ ਉਹਨਾਂ ਨੂੰ ਕਹਿ ਦੇਣਾ ਕਿੱਥੇ 12 ਲੱਗੂ 13 ਲੱਗੂ, ਕੁੜੀ ਵੀ ਤੁਸੀਂ ਆਪ ਹੀ ਲੱਭ ਲਓ। ਚੱਲ ਮੈਂ ਕਰੂੰ ਗੱਲ ਫਿਰ ਮੇਰੀ ਦੋਸਤ ਨਾਲ, ਠੀਕ ਹੈ। ਹਾਂ ਵੀ ਸਾਨੂੰ ਕੋਈ ਕਰਕੇ ਦਿਓ ਗੱਲ, ਸਾਡੇ ਤੋਂ ਪੈਸੇ ਲੈ ਲਓ, ਸਾਨੂੰ ਬੱਚਾ ਦੇ ਦਿਓ ਬਸ। ਤਾਂ ਠੀਕ ਹੈ ਜੀ, ਬਸ ਠੀਕ ਆ, ਚੰਗਾ ਮੈਂ ਕੰਮ ਜਾਇਆ ਮੈਂ ਯਾਰ। ਚਲ ਸ਼ੁਕਰ ਹੈ, ਕੁਛ ਤਾਂ ਇਹ ਰਾਜੀ ਹੋਏ ਮੇਰੀ ਕੋਈ ਨਾ ਕੋਈ ਗੱਲ ਮੰਨਣ ਲਈ। ਆਲੋ ਮੈਡਮ ਜੀ ਚਾਹ। ਬੈਠ ਜਾ ਰੀਤ, ਯਾਰ ਤੂੰ ਕਿਵੇਂ ਸੁਸਤ ਜੀ ਹੋ ਰਹੀ ਹੈ? ਨਹੀਂ ਨਹੀਂ ਸੁਸਤ ਨਹੀਂ, ਤੁਸੀਂ ਗੁੱਸਾ ਨਾ ਕਰੋ, ਮੈਨੂੰ ਤੁਹਾਡੀ ਸਾਰੀ ਗੱਲ ਸੁਣ ਰਹੀ ਸੀ। ਫਿਰ ਆ ਤੇਰੀਆਂ ਅੱਖਾਂ ਇੰਝ ਕਿਵੇਂ ਹੋ ਰਹੀਆਂ ਨੇ ਜਿਵੇਂ ਤੂੰ ਦੁਖੀ ਜੀ ਹੁੰਦੀ ਹੈ? ਦੁਖੀ ਨਹੀਂ ਮੈਡਮ, ਮੈਂ ਨਾ ਐਵੇਂ ਕਹਿੰਦੀ ਸੀ ਤੁਹਾਨੂੰ ਬੱਚੇ ਹੀ ਚਾਹੀਦਾ। ਹਾਂ ਰੀਤ ਸਾਨੂੰ ਬੱਚਾ ਚਾਹੀਦਾ। ਜੇ ਬੱਚਾ ਤੁਹਾਨੂੰ ਮੈਂ ਦੇ ਦਾਂ? ਰੀਤ ਤੂੰ ਇਹ ਕਿਵੇਂ ਹੋ ਸਕਦਾ? ਕਿਉਂਕਿ ਮੈਨੂੰ ਪੈਸਿਆਂ ਦੀ ਬਹੁਤ ਲੋੜ ਆ, ਮੇਰਾ ਬਾਪੂ ਵਿਚਾਰਾ ਬਿਮਾਰੀ ਨਾਲ ਨਾ ਬਹੁਤ ਟਾਈਮ ਤੋਂ ਪਤਾ ਨਹੀਂ ਕਿੰਨੇ ਕੁ ਟਾਈਮ ਤੋਂ ਘੁਲੀ ਜਾਂਦਾ, ਮੈਥੋਂ ਤਾਂ ਹੋਰ ਦੁੱਖ ਨਹੀਂ ਦੇਖਿਆ ਜਾਂਦਾ। ਮੈਡਮ ਜੀ ਮੈਂ ਮੇਰੇ ਬਾਪੂ ਦਾ ਇਲਾਜ ਕਰਵਾਉਣਾ। ਪਰ ਰੀਤ ਤੇਰੀ ਉਮਰ ਕੀ ਹੈ ਹਲੇ, ਤੂੰ ਤਾਂ ਹੈ ਵੀ ਬਿਨ ਵਿਆਹੀ, ਤੇਰੀ ਤਾਂ ਜ਼ਿੰਦਗੀ ਖਰਾਬ ਹੋ ਜੂ ਰੀਤ। ਮੈਨੂੰ ਮੇਰੇ ਬਾਪੂ ਤੋਂ ਉੱਪਰ ਨਾ ਮੇਰੀ ਜ਼ਿੰਦਗੀ ਨਹੀਂ ਹੈਗੀ, ਬਸ ਜੇ ਮੇਰਾ ਬਾਪੂ ਠੀਕ ਹੁੰਦਾ ਮੈਂ ਕੀ ਕਰਨਾ ਇਹੋ ਜਿਹੀ ਜ਼ਿੰਦਗੀ ਦਾ। ਮੈਂ ਤਾਂ ਬਹੁਤ ਖੁਸ਼ ਹਾਂ ਜੇ ਮੇਰੇ ਬਾਪੂ ਦਾ ਇਲਾਜ ਹੋ ਜੇ, ਮੈਨੂੰ ਤਾਂ ਐਂ ਲੱਗਦਾ ਵੀ ਮੈਨੂੰ ਬਸ ਰੱਬ ਮਿਲ ਜੂਗਾ। ਪਰ ਰੀਤ ਤੈਨੂੰ ਸਮਾਜ ਕੀ ਕਹੂਗਾ ਜੇ ਕੱਲ੍ਹ ਨੂੰ ਗੱਲ ਪਤਾ ਲੱਗ ਗਈ? ਸਮਾਜ ਦਾ ਕੀ ਆ, ਸਮਾਜ ਤਾਂ ਮੈਡਮ ਜੀ ਰੱਬ ਨੂੰ ਵੀ ਚੰਗਾ ਨਹੀਂ ਕਹਿੰਦਾ, ਹੁਣ ਕੀ ਤਾਂ ਮੈਨੂੰ ਕੀ ਕੁਛ ਕਹਿੰਦੇ ਹੋਣਗੇ, ਨਾਲੇ ਹੁਣ ਵੀ ਤਾਂ ਮੈਂ ਮਿਹਨਤ ਹੀ ਕਰਦੀ ਹਾਂ। ਉਹ ਤਾਂ ਗੱਲ ਤੇਰੀ ਠੀਕ ਹੈ ਰੀਤ, ਪਰ ਫਿਰ ਵੀ ਤੂੰ ਇੱਕ ਵਾਰ ਦੁਬਾਰਾ ਸੋਚ ਲੈ ਰੀਤ, ਕੋਈ ਵੀ ਕਦਮ ਤੂੰ ਕਾਹਲੀ 'ਚ ਨਾ ਚੱਕ। ਮੈਂ ਕੋਈ ਵੀ ਕਦਮ ਕਾਹਲੀ 'ਚ ਨਹੀਂ ਚੱਕਦੀ, ਮੈਂ ਸਾਰਾ ਕੁਛ ਸੋਚ ਸਮਝ ਕੇ ਇਹ ਕਦਮ ਚੱਕਿਆ, ਬਾਕੀ ਤੁਸੀਂ ਮੈਨੂੰ ਸੋਚ ਕੇ ਦੱਸ ਦਿਓ। ਕੋਈ ਗੱਲ ਨਹੀਂ ਰੀਤ, ਮੈਂ ਤੈਨੂੰ ਦੱਸ ਦੇਵਾਂਗੀ। ਚਲੋ ਠੀਕ ਹੈ। ਠੀਕ ਯਾਰ, ਇਹ ਕਿੱਦਾਂ ਹੋ ਸਕਦਾ, ਇਹ ਤਾਂ ਕੁੜੀ ਐਡਾ ਵੱਡਾ ਕਦਮ ਚੱਕਣ ਨੂੰ ਤਿਆਰ ਹੋ ਰਹੀ ਹੈ। ਚਲ ਕਰਦੀ ਹਾਂ ਗੱਲ ਉਹਨਾਂ ਨੂੰ, ਆ ਜਾਂਦੇ ਕੀ ਰਿਸਪੋਂਸ ਦੇਣਗੇ। ਬਾਪੂ ਕਿੱਧਰ ਗਏ? ਬਾਪੂ ਆ ਜਾ, ਆ ਜਾ। ਹਾਂ ਆ ਗਈ ਭਾਈ। ਹਾਂ ਬਾਪੂ ਆ ਗਈ। ਨਾ ਲਿਆ ਸੀ ਅੱਜ? ਹਾਂ ਕੱਪੜੇ ਫੇਰ ਉਹੀ ਪਾ ਲੇ, ਮੈਂ ਨਾਲੇ ਕੱਢ ਕੇ ਗਈ ਸੀ ਵੀ ਦੂਜੇ ਕੱਪੜੇ ਪਾਈ। ਚਲ ਕੋਈ ਨੀ ਫੇਰ ਪਾ ਲਾਂਗੇ। ਫੇਰ ਕਦੋਂ ਪਾ ਲੇਗਾ ਬਾਪੂ? ਨਾਲੇ ਇੱਕ ਖੁਸ਼ਖਬਰੀ ਆ, ਮੇਰੀ ਗੱਲ ਸੁਣ ਧਿਆਨ ਨਾਲ। ਹਾਂ ਹਾਂ ਤੇਰੇ ਨਾ ਇਲਾਜ ਦਾ ਸਾਰਾ ਇੰਤਜ਼ਾਮ ਹੋ ਗਿਆ, ਜਿੰਨੇ ਪੈਸੇ ਦੀ ਆਪਾਂ ਨੂੰ ਇਲਾਜ ਵਾਸਤੇ ਲੋੜ ਆ ਨਾ ਉਹ ਤਾਂ ਵੀ ਦੁੱਗਣੇ ਪੈਸਿਆਂ ਦਾ ਹੱਲ ਹੋ ਗਿਆ, ਨਾਲੇ ਆਪਾਂ ਘਰ ਪਾ ਲਾਂਗੇ। ਪੁੱਤ ਇਹੋ ਜਿਹਾ ਕੀ ਹੱਲ ਹੋ ਗਿਆ, ਆਪਾਂ ਤਾਂ ਕੋਈ ਲਾਟਰੀ ਵੀ ਨਹੀਂ ਪਾਈ। ਹਾਂ ਬਾਪੂ ਮੈਨੂੰ ਪਤਾ ਆਪਾਂ ਕੋਈ ਲਾਟਰੀ ਨਹੀਂ ਪਾਈ,
ਮੈਡਮ ਕਹਿੰਦੇ ਰਿਸ਼ਤੇਦਾਰੀ ਚ ਕੋਈ ਉਹਨੂੰ ਕੰਮ ਵਾਸਤੇ ਕੁੜੀ ਦੀ ਲੋੜ ਆ, ਮੈਨੂੰ ਉੱਥੇ 1 ਸਾਲ ਲੱਗ ਜੂਗਾ, ਬਸ ਮੈਂ 1 ਸਾਲ ਕੁ ਬਾਅਦ ਆ ਜੂੰਗੀ, ਤੇ 1 ਲੱਖ ਰੁਪਏ ਤਨਖਾਹ ਦਿੰਦੇ ਨੇ ਉਹ। ਪੁੱਤ ਲੱਖ ਤਾਂ ਦਿੰਦੇ ਨੇ, ਮੇਰਾ ਕੀ ਬਣੂ ਤੇਥੋਂ ਪਿੱਛੋਂ? ਲੈ ਬਾਪੂ ਇੱਥੇ ਕੋਈ ਗੱਲ ਨੀ, ਮੈਂ ਆਇਆ ਕਰੂੰਗੀ ਵਿੱਚ ਦੀ ਗੇੜਾ ਮਾਰ ਜਿਆ ਕਰੂੰਗੀ, ਨਹੀਂ ਤਾਂ ਆਪਾਂ ਸਾਂਭਣ ਵਾਲੀ ਇੱਥੇ 5-7 ਹਜ਼ਾਰ ਤੇ ਕੋਈ ਰੱਖ ਲਾਂਗੇ। ਉਹ ਚਾਚੀ ਹੈਗੀ ਆ, ਰੋਟੀ ਬਣਾ ਜਾ ਕਰੂ, ਨਾਲੇ ਸਫਾਈਆਂ ਕਰ ਜਾ ਕਰੂ, ਇੱਕ ਵਾਰੀ ਤੂੰ ਤੇਰਾ ਇਲਾਜ ਕਰਵਾ ਲਾ। ਨਹੀਂ ਉਹ ਤਾਂ ਪੁੱਤ ਤੇਰੀ ਗੱਲ ਠੀਕ ਹੈ ਵੀ ਜੇ ਤਾਂ ਕੋਈ ਇੱਥੇ ਆਪਾਂ ਰੱਖ ਲਾਂਗੇ ਫਿਰ ਤਾਂ ਗੱਲ ਬਣ ਜੂਗੀ, ਐ ਹੁਣ ਮੈਂ ਇਕੱਲੇ ਤਾਂ ਮੈਂ ਤੋਂ ਕੋਈ ਨਾ ਨਹੀਂ ਹੁੰਦਾ। ਕੋਈ ਨਾ ਬਾਪੂ ਰੱਖ ਲਾਂਗੇ, ਨਾਲੇ ਜੇ ਤੂੰ ਠੀਕ ਹੀ ਹੋ ਗਿਆ ਫਿਰ ਤੂੰ ਆਪੇ ਕਹਿਣਾ ਹਟਾ ਦੇ ਰਹੀ ਤੇ ਤੇਰੀ ਚਾਚੀ ਨੂੰ, ਮੈਂ ਤਾਂ ਆਪੇ ਸਾਰਾ ਕੰਮ ਕਰ ਲਿਆ ਕਰੂ। ਕਿਹੜੀ ਕਿੱਥੇ ਜਾਣਾ ਪੁੱਤ, ਬਾਹਲੀ ਦੂਰ ਤਾਂ ਨਹੀਂ ਜਾਣਾ? ਨਹੀਂ ਨਹੀਂ ਬਾਪੂ, ਬਸ ਸ਼ਹਿਰ ਚ ਹੀ ਆ। ਅੱਛਾ ਅੱਛਾ, ਚੱਲ ਫਿਰ ਤਾਂ ਨੇੜੇ ਹੀ ਹੈ, ਕਈ ਵਾਰ ਆਇਆ ਹੁੰਦਾ ਵੀ ਜਿਵੇਂ ਬਾਹਰ ਕਹਿੰਦੇ ਲੋਕ ਬਾਹਰ ਜਾਣਾ। ਨਹੀਂ ਨਹੀਂ ਬਾਪੂ ਬਾਹਰ ਨਹੀਂ ਜਾਣਾ, ਤੂੰ ਹੁਣ ਜਮਾ ਵੀ ਫਿਕਰ ਨਾ ਕਰ, ਬਸ ਅੱਧਾ ਨਹਾ ਧੋ ਕੇ ਨਾ ਵਧੀਆ ਬਣ ਕੇ ਰਿਹਾ ਕਰ, ਹੁਣ ਤਾਂ ਸਾਰਾ ਹੱਲ ਹੋ ਗਿਆ, ਪਹਿਲਾਂ ਤਾਂ ਤੂੰ ਸੋਚ ਸੋਚ ਕੇ ਹੋਰ ਬਿਮਾਰ ਹੋ ਜਾਂਦਾ ਸੀ ਵੀ ਪਤਾ ਨਹੀਂ ਮੇਰਾ ਇਲਾਜ ਹੋਣਾ ਪਤਾ ਨਹੀਂ ਨਹੀਂ। ਚੱਲ ਠੀਕ ਹੈ ਪੁੱਤ, ਫਿਰ ਜਿਵੇਂ ਤੇਰੀ ਮਰਜ਼ੀ ਹੈ। ਹੁਣ ਤਾਂ ਖੁਸ਼ ਹੈ ਨਾ ਬਾਪੂ ਤੂੰ? ਨਹੀਂ ਮੈਂ ਪੁੱਤ ਜਿਵੇਂ ਹੁਣ ਆਪਣੀ ਰਾਏ ਹੈ, ਤੂੰ ਸਾਰੀ ਗੱਲਬਾਤ ਮੇਰੇ ਵਾਸਤੇ ਹੀ ਕਰਦੀ ਹੈ, ਤੂੰ ਵੀ ਇਲਾਜ ਹੋ ਜਾਏ ਮੇਰੇ ਬਾਪੂ ਦਾ। ਹਾਂ ਬਾਪੂ ਸਾਰਾ ਕੁਝ ਤੇਰੇ ਵਾਸਤੇ ਕਰਦੀ। ਚੱਲ ਚੰਗਾ ਬਾਪੂ, ਮੈਂ ਵੀ ਰੋਟੀ ਰੋਟੀ ਦੇਖਾਂ ਫਿਰ ਕੀ ਖਾਏਗਾ ਅੱਜ, ਕੀ ਬਣਾਈਏ? ਬਸ ਪੁੱਤ ਜਿਹੋ ਜਿਹਾ ਕੁਛ ਬਣਾ ਲੇਗੀ ਠੰਡਾ ਸੱਤਾ ਖਾ ਲਾਂਗੇ। ਚੱਲ ਚੰਗਾ ਬਾਪੂ, ਤੂੰ ਆਰਾਮ ਕਰ ਲਾ। ਆਰਾਮ ਹੀ ਹੈ ਕਿਹੜਾ ਬਿਮਾਰ ਤੋਂ ਕੰਮ ਹੁੰਦਾ ਹੈ ਨਾ। ਗੱਲ ਤਾਂ ਖੈਰ ਚੰਗੀ ਹੈ ਜਿਹੜੀ ਦੱਸੀ ਹੈ, ਪਰ ਪਿੱਛੋਂ ਮੇਰਾ ਇਕੱਲੇ ਦਾ ਕੀ ਬਣੂੰਗਾ ਇੱਥੇ? ਇਲਾਜ ਵੀ ਜ਼ਰੂਰੀ ਹੈ, ਇਲਾਜ ਹੋ ਜਾਏ ਚੰਗੀ ਗੱਲ ਹੈ, ਕੁੜੀ ਨੇ ਚੰਗਾ ਹੀ ਸੋਚਿਆ, ਗਾਹਾਂ ਵੀ ਕਿਸੇ ਨੇ ਚੰਗਾ ਹੀ ਕਰਿਆ ਇਹ। ਚਲੋ ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੈ ਠੀਕ ਹੈ। ਸਾਰਾ ਦਿਨ ਨਾ ਇਹਦੇ ਵਿੱਚ ਹੀ ਉਂਗਲਾਂ ਮਾਰੀ ਜਾਂਦੇ ਹੋ, ਕਦੇ ਇੱਧਰ ਵੀ ਧਿਆਨ ਦੇ ਲਿਆ ਕਰੋ, ਕੋਈ ਮੇਰੀ ਗੱਲ ਵੀ ਸੁਣ ਲਿਆ ਕਰੋ। ਉਹ ਤੇਰੇ ਸੁਣ ਕੇ ਅੱਕ ਗਿਆ ਮੈਂ ਤੇ, ਹੁਣ ਕੰਮ ਵੀ ਕਰ ਲੈਂਦਾ 4 ਪੈਸਿਆਂ ਦਾ। ਮੇਰੀ ਗੱਲ ਸੁਣੋ ਜੀ, ਕੰਮ ਦੀ ਗੱਲ ਲੈ ਗਈ ਦੱਸ। ਆ ਰੀਤ ਨਹੀਂ ਹੈਗੀ ਆਪਣੀ? ਹਾਂ ਹੈਗੀ ਆ। ਫੇਰ ਜਿਹੜੀ ਆਪਣੇ ਕੰਮ ਕਰਦੀ ਹੈ ਉਹ ਮੈਨੂੰ ਪਤਾ, ਪਰ ਇੰਨਾ ਰੁੱਖਾ ਕਿਉਂ ਬੋਲ ਰਹੇ ਹੋ ਮੈਨੂੰ? ਚੱਲ ਹਾਂ ਦੱਸ, ਕੋਈ ਕੰਮ ਦੀ ਗੱਲ ਹੈ ਧਿਆਨ ਦੱਸ ਦੇ ਫਿਰ ਦੱਸ ਲੈ ਦੱਸ। ਉਹ ਨਾ ਆਪਾਂ ਨੂੰ ਬੱਚਾ ਦੇਣ ਲਈ ਤਿਆਰ ਹੋ ਗਈ। ਬੱਚਾ? ਹਾਂ, ਉਹ ਕਹਿੰਦੀ ਹੈ ਵੀ ਮੈਂ ਤੁਹਾਨੂੰ ਬੱਚਾ ਪੈਦਾ ਕਰਕੇ ਦੇ ਸਕਦੀ ਹਾਂ। ਉਹ ਕਮਲੀ ਹੋਈ ਆ, ਉਹ ਕੁਵਾਰੀ ਕੁੜੀ ਆ, ਦਿਮਾਗ ਸੱਟ ਤੇਰਾ? ਕੁਵਾਰੀ ਕੁੜੀ ਤਾਂ ਹੈਗੀ ਜੀ, ਪਰ ਉਹ ਕਹਿੰਦੀ ਵੀ ਮੈਨੂੰ ਪੈਸਿਆਂ ਦੀ ਜ਼ਰੂਰਤ ਹੈਗੀ, ਵੀ ਮੈਂ ਤੁਸੀਂ ਮੇਰੀ ਹੈਲਪ ਕਰੋ, ਮੈਂ ਤੁਹਾਡੀ ਹੈਲਪ ਕਰ ਦਿੰਦੀ ਹਾਂ। ਉਧਰ ਪੈਸਿਆਂ ਦੀ ਲੋੜ ਆ, ਪੈਸੇ ਉਂ ਦੇ ਦੇਣਾ, ਐਂ ਥੋੜ੍ਹੀ ਕਿਹੋ ਜਿਹਾ ਕੰਮ ਕਰਾਉਣਾ ਯਾਰ, ਆਪਾਂ ਦਿਮਾਗ ਹਿੱਟਾ ਮੁੜ ਕੇ ਪੁਲਿਸ ਚੱਕੀ ਫਿਰੂ ਮੈਨੂੰ? ਜਦੋਂ ਆਪਾਂ ਲਿਖ ਲਿਖਾਈ ਕਰਾ ਲਿਆ ਜੀ ਫਿਰ ਕਿਉਂ ਚੱਕੀ ਫਿਰੂਗੀ, ਨਾਲੇ ਆਪਾਂ ਕਿਹੜਾ ਕਿਸੇ ਨੂੰ ਦੱਸਣਾ? ਆਪਾਂ ਮੈਂ ਇਹਨੂੰ ਕਹਿ ਦਿੱਤਾ ਸੀ ਵੀ ਤੈਨੂੰ 9-10 ਮਹੀਨੇ ਸਾਡੇ ਘਰ ਹੀ ਰਹਿਣਾ ਪਊ, ਵੀ ਬਾਹਰ ਨਹੀਂ ਇਸ ਗੱਲ ਦੀ ਭਾਫ ਕੱਢਣੀ ਹੈਗੀ। ਉਹ ਐਗਰੀ ਹੋ ਗਈ ਆਪਣੇ ਨਾਲ? ਉਹ ਤਾਂ ਹੋ ਗਈ, ਗੱਲ ਕਿੱਥੇ ਲੁਕੀ ਰਹਿੰਦੀ ਹੁੰਦੀ ਯਾਰ, ਕਦੇ ਵੀ ਤੁਹਾਡੇ ਤਾਂ ਜਮਾ ਨਹੀਂ ਪਜਣੀ ਗੱਲ। ਕਮਲੇ ਹੋਏ ਹੋ ਤੁਸੀਂ, ਮੈਂ ਫਿਰ ਤੋਂ ਇੱਕ ਵਾਰ ਉਹ ਕੁੜੀ ਨੂੰ ਠੋਕਰ ਕੇ ਦੇਖ ਲੂੰ ਚੰਗੀ ਤਰ੍ਹਾਂ, ਪਰ ਤੁਸੀਂ ਹਾਂ ਤਾਂ ਕਰ ਦਿਓ ਵੀ ਹਾਂ ਮੈਂ ਰਾਜੀ ਹਾਂ। ਉਹ ਮੈਂ ਤਾਂ ਰਾਜੀ ਹਾਂ। ਤੁਸੀਂ ਨਹੀਂ ਚਾਹੁੰਦੇ ਆਪਣੇ ਘਰੇ ਖੁਸ਼ੀਆਂ ਹੋਣ? ਉਹ ਮੈਨੂੰ ਜਰ ਕਮਾਲ ਕਰ ਦਿੰਦੇ ਕਮਲ, ਉਹ ਮੈਨੂੰ ਆਪ ਚਾਹੀਦਾ ਬੱਚਾ, ਅੱਗੇ ਵਾਰਸ ਇੰਨਾ ਪੈਸਾ ਆਪਾਂ ਕੋਲ ਕਰਨਾ ਕੀ ਆ, ਵਾਰਸ ਹੋਊਗਾ ਫੇਰ ਹੀ ਆ। ਬਸ ਫਿਰ ਚੁੱਪ ਚਾਪ ਮੇਰੀ ਗੱਲ ਮੰਨ ਲਓ ਠੀਕ ਹੈ। ਉਹ ਫਿਰ ਇੱਥੇ ਰਹਿਣਾ ਪਊਗਾ, ਮੁੜ ਕੇ ਪਤਾ ਲੱਗ ਗਿਆ ਕੁੜੀ ਨੂੰ। ਮੈਂ ਕਹਿ ਰਹੀ ਹਾਂ ਵੀ ਉਹਨੂੰ 10 ਮਹੀਨੇ, ਮੈਂ ਉਹਨੂੰ ਕਿਹਾ ਸੀ ਕਿ ਘਰੇ ਇੱਦਾਂ ਕਹਿ ਦੀ ਕਿ 10 ਮਹੀਨੇ ਮੈਂ ਉੱਥੇ ਲਾਣੇ ਨੇ, ਵੀ ਉਹਨਾਂ ਦਾ ਕੰਮ ਧੰਦਾ ਮੈਂ ਹੀ ਸਾਂਭਣਾਗਾ। ਮੈਂ ਉਹਦੇ ਨਾਲ ਗੱਲ ਖੋਲ ਲਈ ਆ, ਬਾਲਾ ਕਹਿੰਦੇ ਮੈਂ ਇੱਕ ਵਾਰ ਦੁਬਾਰਾ ਠੋਕਰ ਲੂੰਗੀ ਉਸਨੂੰ ਠੀਕ ਹੈ। ਹਾਂ ਪੁੱਛ ਲਈ ਦੂਰੀ ਵਾਰ ਪੂਰਾ, ਬਾਅਦ ਚ ਪੂਰਾ ਚੰਗੀ ਤਰ੍ਹਾਂ ਗੱਲ ਕੀਤੀ ਹੈ ਮੈਂ ਉਹਦੇ ਨਾਲ, ਉਹ ਤਾਂ ਹੀ ਤਿਆਰ ਹੋਈ ਹੈ ਨਾ। ਚੱਲ ਦੂਰੀ ਵਾਰ ਹੀ ਪੁੱਛ ਲਈ ਤੂੰ ਇੱਕ ਵਾਰੀ,
ਉਹ ਇੱਕ ਵਾਰੀ ਕਹਿ ਲਾਲਚ ਹੁੰਦਾ ਵੀ ਉਹਦਾ ਪਿਓ ਬਿਮਾਰ ਆ, ਵੀ ਇੱਕ ਵਾਰੀ ਮੇਰਾ ਪਿਓ ਠੀਕ ਹੋ ਜੇ, ਬਾਅਦ ਚ ਔਖਾ ਹੋ ਜਾਂਦਾ ਨਾ, ਮੁੜ ਕੇ ਕਦੋਂ ਪੈਸੇ ਲੈ ਲਏ ਬਾਈ ਮੁੱਕਰ ਜੇ। ਨਹੀਂ ਨਹੀਂ ਮੁੱਕਰਨ ਵਾਲੀ ਤਾਂ ਨੀ ਹੈਗੀ ਕੁੜੀ, ਇੰਨਾ ਤਾਂ ਮੈਨੂੰ ਉਹਦਾ ਪਤਾ ਜੀ। ਚੱਲ ਕੁੜੀ ਤਾਂ ਬਹੁਤ ਸਾਫ ਦਿਲ ਹੈ। ਤੂੰ ਕਿਹੜਾ ਮੇਰੀ ਗੱਲ ਮੰਨਣੀ ਹੈ, ਚੱਲ ਕਰ ਲੈ ਜੋ ਆਪਦੀ ਮਰਜ਼ੀ ਹੁੰਦੀ, ਕਰ ਲੈ ਆਪਦੀ ਮਰਜ਼ੀ, ਵੀ ਮੈਂ ਵੀ ਤਾਂ ਆਪਣੇ ਚੰਗੇ ਲਈ ਸੋਚਦੀ ਹਾਂ। ਮੈਂ ਕਿਹੜਾ ਉੱਥੇ ਕੋਈ ਦਬਾਅ ਪਾਇਆ ਸੀ, ਕੁੜੀ ਨੇ ਮੈਨੂੰ ਆਪਣੇ ਆਪ ਮੂੰਹੋਂ ਕਿਹਾ। ਜੇ ਆਪਣੇ ਆਪ ਕਿਹਾ ਚੱਲ ਕਰਾ ਲਾ ਫਿਰ, ਦੇਖੀ ਜਾਊ ਬਸ ਫਿਰ ਠੀਕ ਹੈ, ਕਰਦੀ ਹਾਂ ਨਾ ਸਵੇਰੇ ਗੱਲ ਚੰਗੀ ਤਰ੍ਹਾਂ ਕਰ ਲਈ। ਚੱਲ ਪੈ ਜਾਓ ਹੁਣ, ਇਹ ਮਹੀਨਾ ਇਹਦੇ ਕੰਗਲਾਂ ਦੀਆਂ ਮਾਰੀ ਗਿਆ ਅੱਧਾ ਘੰਟਾ, ਕੋਈ ਗੱਲ ਨਹੀਂ, ਸੌ ਜਾ ਤੂੰ ਆਰਾਮ ਨਾਲ। ਹੈਲੋ, ਹਾਂਜੀ ਹਾਂਜੀ ਮੈਡਮ ਜੀ, ਉਹ ਕੋਈ ਨਾ ਤੁਸੀਂ ਨਾ ਬਿਲਕੁਲ ਵੀ ਟੈਨਸ਼ਨ ਨਾ ਲਓ, ਤੁਸੀਂ ਨਾ ਪੈਸਿਆਂ ਦਾ ਇੰਤਜ਼ਾਮ ਰੱਖੋ। ਹਾਂ ਹਾਂ, ਮੇਰਾ ਬਾਪੂ ਦਾ ਨਾ ਮੇਰੇ ਦਾ ਜਲਦੀ ਜਲਦੀ ਇਲਾਜ ਕਰਾਉਣਾ ਆਪਾਂ ਨੇ, ਤੁਹਾਡੇ ਬੱਚੇ ਨੂੰ ਕੋਈ ਆਂਚ ਤੱਕ ਨਹੀਂ ਆਉਂਦੀ, ਮੈਂ ਆਪਣੇ ਬੱਚੇ ਵਾਂਗੂ ਸਾਂਭ ਕੇ ਰੱਖੂੰਗੀ। ਠੀਕ ਹੈ ਮੈਡਮ ਜੀ, ਮੈਂ ਨਾ ਬਾਹਰ ਆ ਕੇ ਗੱਲ ਕਰ ਰਹੀ ਸੀ, ਕਈ ਵਾਰੀ ਬਾਪੂ ਵਰਗਾ ਆ ਜਾਂਦਾ ਪਿੱਛੇ। ਠੀਕ ਹੈ, ਕੀ ਹੋ ਜਾਂਦਾ ਆ, ਸਮਝ ਨਹੀਂ ਆਉਂਦੀ ਗੱਲ ਦੀ, ਇਹ ਕਰੀ ਕੀ ਜਾਂਦੀ ਹੈ ਇਹ। ਮੈਂ ਖਿਆਲ ਰੱਖੂੰ ਛੋਟੇ ਬੱਚੇ ਦਾ, ਖਿਆਲ ਰੱਖੂੰ, ਫਿਰ ਕੋਈ ਗੱਲ ਨਹੀਂ, ਪਤਾ ਤਾਂ ਲਾਉਣਾ ਪਊ ਵੀ ਕੀ ਕਰੀ ਜਾਂਦਾ, ਦੇਖ ਚੱਲ ਕੇ ਫਿਰ ਸੋਚਦੇ। ਫੋਨ ਕੀਤਾ ਸੀ, ਉਹ ਤਾਂ ਬਾਪੂ ਮੈਡਮ ਦਾ ਫੋਨ ਸੀ, ਉਹ ਪੁੱਛਦੇ ਸੀ ਵੀ ਤਿਆਰੀ ਕਰ ਲਈ। ਸਤਿ ਸ਼੍ਰੀ ਅਕਾਲ ਅੰਕਲ ਜੀ, ਬਹਿ ਜਾਓ, ਬਹਿ ਜਾਓ, ਬਹਿ ਜਾਓ, ਕੋਈ ਗੱਲ ਨਹੀਂ, ਆ ਜਾਓ ਇੱਧਰ ਬਹਿ ਜਾਓ, ਕੋਈ ਨਹੀਂ ਕੋਈ ਨਹੀਂ, ਬਹਿ ਜਾਓ, ਹੋਰ ਦੱਸੋ ਠੀਕ ਹੈ। ਚੰਡੀਗੜ੍ਹ ਆਪਣਾ ਕੋਈ ਯਾਰ ਦੋਸਤ ਹੀ ਬੰਦਾ, ਉਹਦੇ ਨਾਲ ਗੱਲ ਕਰੀ ਸੀਗੀ ਇਲਾਜ ਬਾਰੇ, ਕਰਕੇ ਗੱਲ ਮਹਾਂ ਤੇਰਾ ਕਰਾ ਦੇ ਕੰਮ ਜਾ ਕੁਛ, ਚੱਲ ਮੈਂ ਕਰ ਲੂ, ਸੋ ਕਰ ਲੂ ਬੰਦਾ ਉਹ ਵੀ ਆਹੋ ਹੈ ਨਾ, ਤੇ ਇਲਾਜ ਤਾਂ ਫਿਰ ਆਪਾਂ ਨੂੰ ਕਰਾਉਣੀ ਪਊਗਾ ਕਿਵੇਂ ਨਾ ਕਿਵੇਂ ਕਰਕੇ। ਨਹੀਂ ਨਹੀਂ ਅੰਕਲ ਜੀ, ਪੈਸੇ ਦਾ ਇੰਤਜ਼ਾਮ ਹੋ ਗਿਆ, ਬਾਪੂ ਦਾ ਵਧੀਆ ਹਸਪੀਟਲ 'ਚ ਇਲਾਜ ਕਰਵਾਵਾਂਗੇ। ਜਵਾਕਾਂ ਦੀਆਂ ਗੱਲਾਂ ਕਰੀ ਜਾਂਦੀ ਹੈ, ਪੈਸੇ ਪਤਾ ਤੈਨੂੰ ਕਿੰਨੇ ਲੱਗਣਗੇ, ਘੱਟੋ ਘੱਟ 5-7 ਲੱਖ ਰੁਪਏ ਲੱਗੂਗਾ, ਪੈਸਿਆਂ ਦਾ ਇੰਤਜ਼ਾਮ ਹੋ ਗਿਆ, ਇੰਨੇ ਪੈਸੇ ਕਿੱਥੋਂ ਲਿਆਏਂਗੀ। ਅੰਕਲ ਜੀ ਮੈਂ ਵੀ 5-7 ਲੱਖ ਦੀ ਗੱਲ ਕਰ ਰਹੀ ਹਾਂ। 5-7 ਲੱਖ, ਇੰਨੇ ਪੈਸੇ ਤੂੰ ਕਿੱਥੋਂ ਕਰਨੇ ਕੁੜ ਕੇ। ਸਰਪੰਚ ਸਾਹਿਬ ਤੁਹਾਡੀ ਗੱਲ ਤੇ ਕਰਦਾ, ਹੁਣ ਤਾਂ ਤੁਸੀਂ ਇਹ ਗੱਲ ਕਰੀਏ, ਕੁੜੀ ਪਹਿਲਾਂ ਮੈਨੂੰ ਕਹਿ ਕੇ ਹਟੀ ਹੈ ਕਿ ਬਾਪੂ ਮੈਨੂੰ ਕੰਮ ਕਰਨ ਜਾਣਾ ਪਊ ਬਾਹਰ, ਜਲਦੀ ਕੰਮ ਨੀ ਕਰਦਾ, ਨਾਲੇ ਸ਼ਹਿਰਾਂ ਚ ਤਨਖਾਹ ਬਹੁਤ ਜ਼ਿਆਦਾ ਹੁੰਦੀ ਆ। ਚਲੋ ਠੀਕ ਆ, ਜੇ ਮੇਰੇ ਤੱਕ ਕੋਈ ਲੋੜ ਪਈ ਤਾਂ ਦੱਸਿਓ, ਠੀਕ ਆ। ਹਾਂ ਜੀ, ਲੋੜ ਤਾਂ ਦੱਸਾਂਗੇ ਤੁਹਾਨੂੰ, ਹੋਰ ਕਿਹਨੂੰ ਦੱਸਾਂਗੇ। ਕੀ ਕਰੀ ਜਾਂਦੀ ਸਮਝ ਨਹੀਂ ਆਉਂਦੀ ਭਾਈ, ਸਰਪੰਚ ਸਾਹਿਬ ਆਏ ਸੀ, ਆਪਾਂ ਨੂੰ ਬਾਹਰ ਜਾਣ ਦੀ ਕੀ ਲੋੜ ਹੈ, ਹੁਣ ਇਹ ਕਹਿ ਦਿੰਦਾ ਕਰ ਦਿੰਦਾ ਇੰਤਜ਼ਾਮ। ਬਾਪੂ ਇਹਨਾਂ ਨੇ ਕਿਸੇ ਚੰਗੇ ਹੋਸਪਿਟਲ 'ਚ ਨਾ ਇਲਾਜ ਕਰਵਾਇਆ, ਫਿਰ ਆਪਾਂ ਕੀ ਕਰਾਂਗੇ, ਨਾਲੇ ਇਹਨਾਂ ਦੀ ਤਾਂ ਜੇ ਤੇ ਗੱਲ ਆ ਵੀ ਥੋੜ੍ਹੇ ਬਹੁਤੇ ਮੈਂ ਪੈਸੇ ਕਰੂੰ, ਥੋੜ੍ਹੇ ਬਹੁਤੇ ਕੋਈ ਦੋਸਤ ਹੋਣਾ, ਕੀਤਾ ਅਗਲੇ ਦਾ ਕਦੋਂ ਮੁੱਕਰ ਜੇ, ਹੁਣ ਆਪਣੇ ਹੱਥ 'ਚ ਗੱਲ ਆ, ਨਾਲੇ ਮੈਨੂੰ ਤੇਰੇ ਤੋਂ ਉੱਪਰ ਕੁਛ ਨਹੀਂ ਹੈਗਾ। ਕੋਈ ਗੱਲ ਨਹੀਂ, ਮੈਂ ਵੀ ਆਉਂਦੀ ਜਾਂਦੀ ਰਹੂੰਗੀ। ਪੁੱਤ ਕੋਈ ਇਹੋ ਜਿਹੀ ਗੱਲਬਾਤ ਨਾ ਹੋ ਜੇ ਵੀ ਆਪਣੇ ਨਾਲ ਕੋਈ ਧੋਖੇਬਾਜ਼ੀ ਹੋ ਜੇ, ਫਿਰ ਔਖਾ ਹੋ ਜੂਗਾ, ਮੈਂ ਇਕੱਲਾ ਜਾਣਾ ਕਿੱਧਰ ਕੀ ਕਰੂੰਗਾ ਮੈਂ।
ਬਾਪੂ ਕੋਈ ਧੋਖਾ ਨਹੀਂ ਹੁੰਦਾ ਹੈਗਾ, ਉਹ ਬਹੁਤ ਚੰਗੇ ਬੰਦੇ ਨੇ, ਐਵੇਂ ਨਾ ਯਕੀਨ ਰੱਖੋ ਬਸ ਉਹਨਾਂ ਤੇ। ਮੈਨੂੰ ਤਾਂ ਯਕੀਨ ਹੀ ਹੈ ਪੁੱਤ, ਤੂੰ ਕੱਲ ਨੂੰ ਇਹੋ ਜਿਹੀ ਗੱਲਬਾਤ ਹੋ ਜਾਂਦੀ ਹੈ, ਤੈਨੂੰ ਪਤਾ ਹੀ ਅੱਜ ਕੱਲ ਟਾਈਮ ਬਹੁਤ ਮਾੜਾ ਹੈ। ਉਹ ਤਾਂ ਮੈਨੂੰ ਪਤਾ ਹੈ ਬਾਪੂ ਵੀ ਟਾਈਮ ਬਹੁਤ ਮਾੜਾ ਹੈ। ਚੱਲ ਬਾਪੂ ਤੂੰ ਜ਼ਿਆਦਾ ਨਾ ਬੋਲਿਆ ਨਾ ਕਰ, ਆਰਾਮ ਕਰਿਆ ਕਰ। ਕੋਈ ਗੱਲ ਹੁੰਦੀ ਹੈ ਪੁੱਤ ਫਿਰ ਬੋਲਣਾ ਤਾਂ ਪੈਂਦਾ ਹੀ ਹੈ ਨਾ। ਚੱਲ ਠੀਕ ਹੈ, ਕਰ ਲੈ ਜਿਵੇਂ ਤੇਰੀ ਮਰਜ਼ੀ ਹੈ। ਲੈ ਹੁਣ ਸਰਪੰਚ ਸਾਹਿਬ ਵੀ ਆਏ ਸੀਗੇ, ਪਹਿਲਾਂ ਆ ਕੇ ਗਏ ਸੀ, ਸਾਰੀ ਗੱਲ ਕਰਕੇ ਗਏ ਨੇ ਮੇਰੇ ਨਾਲ, ਅਤੇ ਹੁਣ ਮੈਂ ਇਹਨਾਂ ਨਹੀਂ ਮੰਨਾਂ ਤੇ ਕੁੜੀ ਨਹੀਂ ਮੰਨਾਂ, ਮੈਨੂੰ ਤਾਂ ਇਸ ਗੱਲ ਦੀ ਨਹੀਂ ਸਮਝ ਆਉਂਦੀ। ਸਰਪੰਚ ਸਾਹਿਬ ਤਾਂ ਇੰਨੀ ਗੱਲ ਕਹਿ ਰਹੇ ਕਿ ਮੇਰੀ ਲੋੜ ਹੋਈ ਤਾਂ ਦੱਸਿਓ, ਕਰੋ ਠੀਕ ਹੈ। ਸਮਝ ਨਹੀਂ ਆਉਂਦੀ ਜਾਂ ਕੀ ਬਣੂਗਾ। ਉਹ ਸਰਪੰਚ ਨੇ ਚਾਹ ਤੂੰ ਲਿਆ ਦੇ ਘੁੱਟੋ। ਹਾਂਜੀ ਹਾਂਜੀ ਚਾਹ ਹੀ ਲਈ ਆਉਣੀ ਆ, ਆ ਲਓ ਜੀ ਚਾਹ। ਕਿਵੇਂ ਟੈਨਸ਼ਨ ਜਿਹੀ ਚ ਪੈ ਲੱਗਦੇ ਹੋ? ਜਦੋਂ ਮੈਂ ਉਹਨੂੰ ਕਿਹਾ ਜੀ ਉਹਨਾਂ ਨੇ ਦੇਖ ਭਾਈ ਮੈਂ ਇੱਕ ਬੰਦਾ ਹੋਰ ਹੈਗਾ ਮੇਰੇ ਕੋਲ, ਇੱਕ ਹੈਗਾ ਲੱਗ ਲਗਾ ਕੇ ਤੇਰਾ ਇਲਾਜ ਕਰਾ ਦਿਆਂਗੇ, ਵੀ ਚੰਡੀਗੜ੍ਹ ਮੈਂ ਗੱਲ ਕਰੀ ਸੀਗੀ, ਅਤੇ ਉਹ ਕਹਿੰਦੀ ਨਹੀਂ ਵੀ ਸਾਡਾ ਸਰਦਾ, ਕਹਿੰਦੀ ਵੀ ਪੈਸੇ ਦਾ ਇੰਤਜ਼ਾਮ ਹੋਗਾ, ਪੈਸਿਆਂ ਦਾ ਇੰਤਜ਼ਾਮ ਹੋਗਾ। ਮਹਾਂ ਭਾਈ ਤੁਹਾਨੂੰ ਐਂ ਪਤਾ ਪੈਸੇ ਕਿੰਨੇ ਲੱਗਣਗੇ? ਘੱਟੋ ਘੱਟ 5-7 ਲੱਖ ਰੁਪਈਆ ਲੱਗੂ। ਕਹਿੰਦੀ ਹਾਂ ਮੈਨੂੰ ਪਤਾ, ਵੀ ਕਹਿੰਦੀ ਮੇਰੇ ਕੋਲ 5-7 ਲੱਖ ਦਾ ਇੰਤਜ਼ਾਮ ਹੋਗਾ। ਉਹ ਕਿੱਥੋਂ ਹੋ ਗਿਆ? ਉਹੀ ਤਾਂ ਗੱਲ ਮੈਂ ਸੋਚੀ ਗਿਆ, ਫਿਰ ਮੈਂ ਹੌਲੀ ਹੌਲੀ ਸੋਚ ਕੇ ਜਾ ਕੇ ਮੈਨੂੰ ਪਤਾ ਸੀਗਾ ਉਹਨਾਂ ਦੇ ਘਰ ਜਿਹਦੇ ਕੰਮ 'ਤੇ ਲੱਗੀ ਵੀ ਆ, ਉਹਨਾਂ ਦੇ ਘਰੇ ਮੈਂ ਡਾਕਟਰ ਨੇ ਖੜੀ ਦੇਖੀ ਸੀਗੀ ਉਹ ਸੋਨੀ। ਅੱਛਾ। ਫਿਰ ਮੈਂ ਉਹਦੇ ਕੋਲ ਗਿਆ, ਉਹ ਤੋਂ ਮੈਂ ਵਿੜਕ ਲੈਤੀ ਜਾ ਕੇ, ਉਹਦੇ ਵਿੜਕਾਂ ਤੋਂ ਮੈਨੂੰ ਐਂ ਹਿਸਾਬ ਲੱਗਾ ਜਿੱਥੇ ਤੱਕ ਮੇਰਾ ਐਡ ਗਿਆ ਮੈਂ ਲਾਇਆ ਵੀ ਇਹ ਨਾ ਬੱਚਾ ਆਪ ਜੰਮ ਕੇ ਉਹਨਾਂ ਨੂੰ ਦਿਓਗੇ, ਉਹਨਾਂ ਤੋਂ ਪੈਸੇ ਲੈਤੇ ਹੋਣਗੇ। ਕੀ ਸਹੀ ਗੱਲ ਹੈ? ਮਖਾਉਣ ਨਹੀਂ ਕਰਦਾ। ਰੀਤ ਇੰਨੀ ਗਿਰ ਗਈ, ਦੇਖੋ ਆਈ ਪਿਓ ਖਾਤਰ ਕਰਦੀ ਵੀ ਕੀ ਕਰਦੀ, ਇਹ ਨਹੀਂ ਕਰ ਸਕਦੀ, ਉਹ ਕੁਮਾਰੀ ਕੁੜੀ ਹੈ। ਉਹੀ ਤਾਂ ਮੈਂ ਗੱਲ ਸੋਚੀ ਨਾ ਵੀ ਇੱਕ ਆਪਦੇ ਪਿਓ ਦੀ ਖਾਤਰ ਪੈਸੇ ਦੀ ਖਾਤਰ ਇਲਾਜ ਕਰਾਉਣ ਦੀ ਵਾਰੀ ਕਿੱਡੀ ਵੱਡੀ ਉਹ ਕੁਰਬਾਨੀ ਦੇਈ ਜਾਂਦੀ ਆ, ਇੱਕ ਤਾਂ ਕੁਰਬਾਨੀ ਦਿੰਦੀ ਆ, ਐਂ ਨਹੀਂ ਦੇਖੇ ਵੀ ਮੇਰੀ ਜ਼ਿੰਦਗੀ ਚ ਕੱਲ ਨੂੰ ਮੈਂ ਵਿਆਹ ਕਰਾਂ, ਕੱਲ ਨੂੰ ਕਿਸ ਨੇ ਰਿਸ਼ਤਾ ਨਹੀਂ ਲੈਣਾ ਉਹਦਾ, ਰਿਸ਼ਤਾ ਨਹੀਂ ਲੈਣਾ। ਮੈਂ ਤੁਹਾਨੂੰ ਇੱਕ ਗੱਲ ਕਹਿੰਦੀ ਸੀ, ਆਪਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਜਾਇਦਾਦ ਵੀ ਬਥੇਰੀ ਰੱਬ ਦੀ ਦਿੱਤੀ, ਆਪਾਂ ਇਲਾਜ ਕਰਵਾ ਦਿੰਦੇ ਆ। ਉਹੀ ਗੱਲ ਮੈਂ ਸੋਚੀ ਆ ਨਾ, ਕੋਈ ਗੱਲ ਨਹੀਂ, 5 ਲੱਖ ਨਾ ਲਾ, ਕੋਈ ਲਾਵੇ ਤੇ ਨਾ ਲਾਵੇ, ਆਪਾਂ ਲਾ ਦਾਂਗੇ, ਏਡੀ ਕਿੱਡੀ ਗੱਲ ਆ ਗਈ। ਪਰ ਤੂੰ ਉਹਨੂੰ ਮਨਾ ਕਰ ਦੇ ਕਿ ਇਹ ਕੰਮ ਨਾ ਕਰ, ਤੂੰ ਮੈਨੂੰ ਹੁਣ ਵਿੜਕ ਲੈ ਰਹਿੰਦੇ ਨਾ ਪੂਰੀ, ਮੇਰੇ ਤੱਕ ਹਜੇ ਤੱਕ ਮੈਂ ਤਾਂ ਇਹ ਤੱਕ ਪਹੁੰਚਿਆ, ਹਾਣੇ ਉਹਦੇ ਮੂੰਹੋਂ ਸੁਣਨੀ ਇਹ ਗੱਲ, ਮੈਂ ਅੱਜ ਉਹਦੇ ਨਾਲ ਗੱਲ ਕਰਦਾ ਕਿਸ ਹਿਸਾਬ ਨਾਲ ਜਾ ਕੇ। ਜੇ ਡਾਕਟਰੀ ਨੂੰ ਪੁੱਛ ਲਈਏ ਆਪਾਂ, ਕਈ ਵਾਰੀ ਬੰਦੇ ਕੋਲ ਨਹੀਂ ਵੀ ਦੱਸਦੀ। ਨਹੀਂ ਤੂੰ ਐਂ ਕਰ, ਤੂੰ ਚੱਲ ਮੇਰੇ ਨਾਲ, ਡਾਕਟਰ ਨੇ ਕੋਲੇ ਜਾਣ ਦੇ ਫਿਰ। ਨਹੀਂ ਤੂੰ ਉਸੇ ਕੋਲੇ ਚੱਲ, ਰਹਿੰਦੇ ਡਾਕਟਰੀ ਨੂੰ, ਡਾਕਟਰੀ ਨੂੰ ਤਾਂ ਮੈਂ ਜਾਇਆ, ਡਾਕਟਰ ਨੇ ਤਾਂ ਇੰਨੀ ਗੱਲ ਕਹੀ ਸੀ ਸੋਨੀ ਨੇ ਤਾਂ, ਕਹਿੰਦੀ ਮੈਂ ਤਾਂ ਵੱਡੀ ਕੋਲੇ ਭੇਜ ਦਿੱਤਾ ਸੀਗਾ, ਵੱਡੀ ਨੇ ਆਪਾਂ ਨੂੰ ਗੱਲ ਡਾਕਟਰ ਨਹੀਂ ਸੀ ਸੀਧੀ ਰਾਹ ਪਾਉਂਦਾ ਹੁੰਦਾ, ਅਗਲੇ ਦੀ ਸਵਾ ਮਨਜ਼ੂਰ ਕਰ ਹੁੰਦਾ, ਇਹਨੂੰ ਬੁਝਾ ਸਮਾ ਕੇ ਤੂੰ ਪੁੱਛ ਸਕਦੀ ਹੈ। ਇਹ ਤਾਂ ਬਹੁਤ ਵੱਡਾ ਕਦਮ ਚੱਕ ਰਹੀ ਹੈ, ਇਹਨੂੰ ਪਤਾ ਵੀ ਮੈਂ ਕੀ ਕਰ ਰਹੀ ਹੈਗੀ ਇਹ ਕਦਮ ਚੱਕ ਕੇ। ਹੁਣ ਤੂੰ ਤਾਂ ਉਹਨੂੰ 100 ਗੱਲ ਸਮਝਾ ਦੇਗੀ, ਜਿਹੜੀ ਮੈਂ ਆ ਮੈਂ ਉਹਨੂੰ ਤਾਂ ਮੇਨੇ ਮੇਨੇ ਗੱਲਾਂ ਕਹਿ ਸਕਦਾਗਾ, ਜੇ ਤੂੰ ਜਾਏਂਗੀ ਗੱਲ ਤੇਰੇ ਕਰਨ 'ਚ ਕਰਨ 'ਚ ਭਾਈ, ਤੂੰ ਉਹਦੇ ਵੀ ਪਾ ਦੇਗੀ, ਮੈਂ ਤੈਨੂੰ ਤਾਂ ਕਹਿਣਾ ਜੇ ਇਹ ਕੰਮ ਹੋ ਗਿਆ ਨਾ ਬਹੁਤਾ, ਕਹਿੰਦੇ ਹੁੰਦੇ ਆ ਭਜਾਲ ਵਾਲਾ ਭਜਾਲ ਹੀ ਆਜੂ ਇੱਕ ਤਰ੍ਹਾਂ ਦਾ, ਵੀ ਕੰਮ ਹੋਣਾ ਨਹੀਂ ਚਾਹੀਦਾ ਇਹ। ਚੱਲ ਤੁਸੀਂ ਚਾਹ ਪੀਓ ਤੇ ਮੈਂ ਥੋੜ੍ਹਾ ਜਿਹਾ ਕੰਮ ਜਿਹਾ ਨਿਬੇੜਦਾ, ਤੇ ਆਪਾਂ ਹੁਣੇ ਵਗ ਚੱਲਦੇ ਹਾਂ।
ਚਲ ਠੀਕ ਹੈ। ਹੋਰ ਫਿਰ ਟਾਈਮ ਇਸ ਗੱਲ ਦੀ ਡੇਰ ਕਾਹਦੀ ਹੈ? ਆਹੋ ਉਹੀ ਗੱਲ ਦਾ, ਚਲ ਕਰ ਲੈ ਜਰਾ ਕੰਮ। ਹਾਂ ਬਸ ਮੈਂ ਹੁਣ ਕੰਮ ਨਿਬੇੜਦਾ ਤੇ ਬਸ ਹੁਣੇ ਵਗ ਚੱਲਦੇ ਆ। ਦੇਖ ਰੀਤ, ਮੈਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ। ਜਿਹੜਾ ਕਦਮ ਤੂੰ ਚੱਕਿਆ ਨਾ, ਬਹੁਤ ਮਾੜਾ ਕਦਮ ਹੈ ਇਹ। ਕਦਮ? ਕਿਹੜਾ ਕਦਮ? ਤੁਸੀਂ ਕੀ ਕਹੀ ਜਾਂਦੇ ਹੋ? ਰੀਤ, ਮੈਨੂੰ ਸਾਰਾ ਪਤਾ ਲੱਗ ਗਿਆ। ਉਹਦੇ ਘਰ ਵਾਲੀ ਮੇਰੀ ਸਹੇਲੀ ਹੈਗੀ, ਮੈਨੂੰ ਉਹਨੇ ਸਾਰਾ ਕੁਝ ਦੱਸਤਾ। ਅਨੇ ਤੂੰ ਕਿਹੜੇ ਬੱਚੇ ਬੁੱਚੇ ਬਾਰੇ ਗੱਲ ਕਰ ਰਹੀ ਹੈ? ਉਹਨਾਂ ਦੇ ਤੈਨੂੰ ਪਤਾ ਤੇਰੀ ਜ਼ਿੰਦਗੀ ਬਾਰੇ? ਮੈਨੂੰ ਪਤਾ ਮੇਰੀ ਜ਼ਿੰਦਗੀ ਬਾਰੇ, ਪਰ ਮੈਨੂੰ ਮੇਰੇ ਬਾਪੂ ਨਾਲ ਪਿਆਰ ਹੀ ਨਹੀਂ ਹੈਗੀ ਮੇਰੀ ਜ਼ਿੰਦਗੀ। ਮੈਨੂੰ ਪਤਾ ਹੈ ਤੇਰੇ ਬਾਪੂ ਨਾਲ ਪਿਆਰੀ ਤੈਨੂੰ ਜ਼ਿੰਦਗੀ ਨਹੀਂ ਹੈਗੀ, ਪਰ ਤੈਂ ਕਿਤੇ ਸੋਚਿਆ ਵੀ ਤੇਰਾ ਰਿਸ਼ਤਾ ਨਹੀਂ ਕਿਸੇ ਨੇ ਲੈਣਾ? ਅਗਲਾ ਕੀ ਕਹੂਗਾ? ਮੈਨੂੰ ਕੋਈ ਸ਼ੌਂਕ ਵੀ ਨਹੀਂ ਹੈਗਾ ਵਿਆਹ ਕਰਾਉਣ ਦਾ। ਮੈਂ ਬਸ ਸਾਰੀ ਉਮਰ ਆਪਦੇ ਬਾਪੂ ਦੀ ਸੇਵਾ ਕਰੂੰਗੀ। ਸੇਵਾ ਤਾਂ ਤੂੰ ਕਰੇਂਗੀ, ਲੋਕ ਤਾਂ ਚੰਗੀਆਂ ਭਰੀਆਂ ਨੂੰ ਨਹੀਂ ਛੱਡਦੇ। ਤੂੰ ਤਾਂ ਫੇਰ ਵੀ ਉਹਨਾਂ ਨੂੰ ਬੱਚਾ ਦੇ ਰਹੀ ਹੈਗੀ, ਤੈਨੂੰ ਪਤਾ ਇਹ ਗੱਲ ਕਿੱਥੇ ਜਾਂਦੀ ਹੈਗੀ? ਆਂਟੀ, ਤੁਹਾਨੂੰ ਵੀ ਪਤਾ ਵੀ ਮੇਰਾ ਬਾਪ ਵਿਚਾਰਾ ਨਾ ਮੌਤ ਨਾਲ ਘੁਲ ਰਿਹਾ, ਮੈਥੋਂ ਨਹੀਂ ਉਹਦਾ ਹੋਰ ਦੁੱਖ ਦੇਖਿਆ ਜਾਂਦਾ। ਬਸ ਮੈਂ ਤਾਂ ਹੋਰ ਵੀ ਹੀਲੇ ਹੁੰਦੇ ਨੇ, ਇਹ ਥੋੜੀ ਆ ਵੀ ਆਪਾਂ ਉਹਦੀ ਜ਼ਿੰਦਗੀ ਦਾਉ ਤੇ ਲਾ ਦਈਏ। ਹੋਰ ਕੀ ਹੀਲਾ, ਤੁਸੀਂ ਆਪ ਹੀ ਦੱਸੋ, ਇੰਨਾ ਪੈਸਾ ਇਕੱਠਾ ਕਰਨਾ ਬਹੁਤ ਔਖਾ ਏ। ਕੋਈ ਨਾ, ਤੇਰੇ ਬਾਪ ਦਾ ਇਲਾਜ ਅਸੀਂ ਕਰਵਾਵਾਂਗੇ। ਤੁਸੀਂ ਮੈਨੂੰ ਮਜ਼ਾਕ ਤਾਂ ਨਹੀਂ ਕਰਦੇ? ਜਮਾ ਮਜ਼ਾਕ ਨਹੀਂ ਕਰ ਰਹੀ ਮੈਂ ਤੇਰੇ ਨਾਲ, ਪਰ ਤੂੰ ਇਹ ਕਦਮ ਨਹੀਂ ਚੱਕਣਾ। ਚਲੋ ਠੀਕ, ਆਪਦੀ ਜ਼ਿੰਦਗੀ ਬਾਰੇ ਸੋਚ। ਚਲੋ ਠੀਕ ਆ, ਪਰ ਤੁਸੀਂ ਮੇਰੇ ਬਾਪੂ ਦਾ ਇਲਾਜ ਕਰਵਾਉਣਾ। ਅਸੀਂ ਤੇਰੇ ਬਾਪੂ ਦਾ ਇਲਾਜ ਕਰਵਾਵਾਂਗੇ, ਜਿੰਨਾ ਪੈਸਾ ਲੱਗੂ ਅਸੀਂ ਲਾਵਾਂਗੇ। ਮੈਂ ਤੇਰੇ ਨਾਲ ਕੋਈ ਮਜ਼ਾਕ ਨਹੀਂ ਕਰ ਰਹੀ, ਨਾ ਰੱਬ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈਗਾ। ਬਸ ਠੀਕ ਹੈ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗੀ। ਠੀਕ ਹੈ ਫਿਰ, ਇਹ ਕੋਈ ਕਦਮ ਨਹੀਂ ਚੱਕਣਾ, ਜਵਾਬ ਦੇਣੇ। ਠੀਕ ਹੈ, ਤੇਰੀ ਜ਼ਿੰਦਗੀ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਕੱਲ ਨੂੰ ਲੋਕ ਤੇਰੇ ਕੋਲ ਉਂਗਲਾਂ ਕਰਨ, ਸਾਨੂੰ ਚੰਗਾ ਨਹੀਂ ਲੱਗੂਗਾ। ਚਲੋ ਠੀਕ ਹੈ, ਮੈਂ ਕੋਈ ਵੀ ਇਹੋ ਜਿਹਾ ਕਦਮ ਨਹੀਂ ਚੱਕਦੀ ਜਿਹਦੇ ਨਾਲ ਮੇਰੇ ਪਿੰਡ ਨੂੰ ਵੀ ਦਾਗ ਲੱਗੇ। ਬਸ ਇਹ ਤਾਂ ਮੇਰੀ ਮਜਬੂਰੀ ਸੀ। ਮਜਬੂਰੀ ਸੀ? ਜੇ ਬਾ ਤੇਰੇ ਬਾਪ ਨੂੰ ਪਤਾ ਲੱਗਦਾ ਵੀ ਮੇਰੀ ਧੀ ਨੇ ਐਡਾ ਕਦਮ ਚੱਕ ਕੇ ਤੇ ਮੇਰਾ ਇਲਾਜ ਕਰਵਾਇਆ, ਉਹ ਜਿੰਦੇ ਜੀ ਮਰ ਜਾਦਾ। ਸਹੀ ਗੱਲ ਹੈ, ਬਸ ਮੈਂ ਜੋ ਵੀ ਕਰਿਆ ਮੇਰੇ ਬਾਪੂ ਖਾਤਰ ਹੀ ਕੀਤਾ। ਬਸ ਤੂੰ ਟੈਨਸ਼ਨ ਨਾ ਲੈ, ਤੇਰੇ ਬਾਪ ਦਾ ਇਲਾਜ ਅਸੀਂ ਕਰਵਾਵਾਂਗੇ। ਠੀਕ ਹੈ, ਚੱਲ ਆ। ਅੱਜ ਕਿਵੇਂ ਤੁਸੀਂ ਦੋਨੇ ਜੀ ਆਏ ਹੋ, ਕੀ ਗੱਲਬਾਤ ਹੈ ਜੀ? ਉਹ ਬਸ ਇਹ ਕਹਿੰਦੇ ਮੈਂ ਮਿਲ ਪਿਆ ਰੀਤ ਨੂੰ, ਤੇ ਮੈਂ ਚੱਲ ਭਾਈ ਮਿਲਿਆ ਕੋਈ ਗੱਲ ਨੀ, ਮੈਂ ਵੀ ਚੱਲ ਵੜਦਾਗਾ, ਤਾਂ ਕਰਕੇ ਸੀ ਕਹਿੰਦੇ, ਨਾਲੇ ਮੈਂ ਬਾਪੂ ਦਾ ਪਤਾ ਲਿਆਉਂਗੀ। ਇਹ ਤਾਂ ਬਹੁਤ ਚੰਗਾ ਤਰ੍ਹਾਂ ਸੀ। ਹਾਂ ਬਸ ਤਾਂ ਹੀ ਆਈ ਸੀ। ਤੇ ਆਹ ਕਿਵੇਂ ਲੜਕੀ ਨਾਲ ਉੱਥੇ ਗੂੜੇ ਜਿਹੇ ਹੋ ਗਏ? ਕੋਈ ਨਹੀਂ, ਬਸ ਆਓ ਪੜ੍ਹਦੇ। ਉਹ ਤਾਂ ਬਾਪੂ ਜੀ ਮੈਂ ਕੰਮ ਬਾਰੇ ਪੁੱਛਿਆ ਸੀਗਾ, ਤੁਹਾਨੂੰ ਪਤਾ ਹੈ ਤੁਹਾਡੀ ਸਿਹਤ ਨਹੀਂ ਠੀਕ ਹੈਗੀ, ਘਬਰਾਹਟ ਹੋਣ ਲੱਗ ਜਾਂਦੀ ਹੈ ਨਾ, ਤਾਂ ਕਰਕੇ ਮੈਂ ਉਧਰ ਕਰਕੇ ਪੁੱਛ ਲਿਆ ਵੀ ਤੂੰ ਸਾਡੇ ਘਰ ਕੰਮ ਲੱਗ ਜਾ। ਚਲੋ ਠੀਕ ਹੈ ਭਾਈ, ਸਾਡੇ ਬਾਰੇ ਕੁਝ ਤੁਸੀਂ ਚੰਗਾ ਹੀ ਸੋਚ ਰਹੇ ਹੋ। ਉਹ ਦੱਸ ਤੂੰ ਮੈਨੂੰ ਸਾਰੀਆਂ ਗੱਲਾਂ ਛੱਡ ਵੀ। ਹਾਂ ਹਾਂ, ਕਹਿ ਤਾਂ ਕੁੜੀ ਨੇ ਹਾਂ ਕਰਤੀ। ਸਹੀ ਸੀ? ਹਾਂਜੀ ਹਾਂਜੀ, ਸਭ ਕੁਝ ਦੱਸਤਾ। ਤੇ ਚਲੋ ਫਿਰ ਆਪਾਂ ਚੱਲੀਏ, ਟਾਈਮ ਹੋਈ ਜਾਂਦਾ ਹੈਗਾ। ਤੇ ਚਾਹ ਪਾਣੀ ਬਣਾ ਲੈਂਦੇ? ਨਹੀਂ ਨਹੀਂ ਬਾਪੂ ਜੀ, ਚਾਹ ਨਹੀਂ ਪੀਣੀ ਹੈਗੀ। ਕੁੜੀ ਤੂੰ ਆ ਕੀ ਕਰਨ ਲੱਗੀ ਸੀਗੀ? ਮਾੜਾ ਮੋਟਾ ਸੋਚ ਸਮਝ ਲਿਆ ਕਰ। ਚਲੋ ਕੋਈ ਨਾ ਜੀ, ਇੰਨਾ ਨਹੀਂ ਉਹ ਕਰਿਆ ਕਰਦੇ, ਨਿਆਣੀ ਹੈਗੀ ਹਜੇ। ਚਲ ਕਿਤੇ ਨਹੀਂ ਜਾਣਾ ਬਾਹਰ ਬੂਰ ਕੰਮ ਦੇ ਤੋਂ। ਤੈਨੂੰ ਲੋੜ ਹੁੰਦੇ ਨਾ ਕੰਮ, ਉੱਧਰ ਆਈ ਆਪਣੇ ਘਰ, ਸੁਣ ਗਿਆ? ਚਲੋ ਠੀਕ, ਜੇ ਕੰਮ ਕਰਨਾ ਨਾ ਤੈਨੂੰ ਕਿਸੇ ਦੇ ਘਰੇ ਜਾਣ ਦੀ ਲੋੜ, ਕੰਮ ਜੇ ਉੱਥੇ ਅਗਰ ਚੁੱਪ ਕਰਕੇ ਜਿਹੜੇ ਤੇਰੇ ਪਿਓ ਦੇ ਪੈਸੇ ਲੱਗਣ, ਮੈਂ ਆਪੇ ਹੀ ਲਾਵਾਂਗੇ ਸੀ। ਠੀਕ ਹੈ, ਠੀਕ ਆ। ਅਮੀ ਤੂੰ ਘਰ ਬਾਹਰ ਛੱਡ ਕੇ ਜਾਏਂਗੀ, ਉੱਥੇ ਫਿਰ ਬਾਗ ਜੀ ਕੱਲ ਨੂੰ ਫਿਰ ਉਹੀ ਗੱਲ ਤਾਂ ਉੱਥੇ ਦੇ ਉੱਥੇ ਖੜ ਗਈ। ਫਿਰ ਇਹਦੀ ਦੇਖਭਾਲ ਕੌਣ ਕਰੂਗਾ? ਉਹੀ ਤਾਂ ਗੱਲ ਆ ਗਈ।
ਇਹ ਗੱਲ ਸਰਪੰਚ ਸਾਹਿਬ ਮੈਂ ਪਹਿਲਾਂ ਵੀ ਆਖੀ ਸੀ, ਮੈਂ ਇਕੱਲਾ ਰਹਿ ਜੂੰ ਤੇ ਲੜਕਿਆਂ ਦੀ ਵੀ ਬਾਪੂ ਮੈਂ ਤੇਰੇ ਪਿੱਛੇ ਕਰਦੀ ਹਾਂ, ਤੇਰਾ ਇਲਾਜ ਕੌਣ ਕਰਾਊਗਾ? ਮੈਂ ਤਾਂ ਹੁਣ ਕੋਈ ਕੀ ਕਰਦੀ ਫਿਰਦੀ, ਤੈਨੂੰ ਮੈਂ ਹੁਣ ਕੀ ਦੱਸਾਂ? ਚੱਲ ਟੁੱਟ ਕੇ ਫਾਇਦਾ ਹੈਗਾ, ਚਲੋ ਕੋਈ ਨਾ ਬਾਪੂ ਜੀ, ਤੇਰਾ ਇਲਾਜ ਅਸੀਂ ਕਰਵਾਵਾਂਗੇ। ਸੁਣ ਗਈ ਨਾ ਗੱਲ ਤੈਨੂੰ, ਜਿੰਨੇ ਪੈਸੇ ਲੱਗਣੇ ਲਾਊ, ਭਾਵੇਂ ਕੱਲ ਨੂੰ ਆਈ ਪੈਸੇ ਫੜ ਲੈ। ਮੈਨੂੰ ਪੈਸਿਆਂ ਦੀ ਲੋੜ ਨਹੀਂ ਅੰਕਲ ਜੀ, ਬਸ ਬਾਪੂ ਦਾ ਇਲਾਜ ਕਰਵਾ ਦੋ। ਚਲੋ ਠੀਕ ਹੈ, ਕੋਈ ਨਾ ਜੀ, ਬਾਪੂ ਦਾ ਇਲਾਜ ਵੀ ਹੋਊਗਾ ਤੇ ਘਰੇ ਜਿਹੜਾ ਸਮਾਨ ਨਹੀਂ ਹੈਗਾ ਤੇ ਸਮਾਨ ਵੀ ਲਈ ਕੱਲ ਨੂੰ ਜਾ ਕੇ। ਬਸ ਤੂੰ ਕੱਲ ਨੂੰ ਆ ਜੀ, ਤੇ ਜਾਣ ਦੀ ਕਿਤੇ ਲੋੜ ਨਹੀਂ ਹੈਗੀ ਤੈਨੂੰ। ਚਲ ਤੂੰ ਆ ਕਰ, ਇਹਨੂੰ ਨਾਲ ਹੀ ਲੈ ਚੱਲ, 10-15 ਹਜ਼ਾਰ ਰੁਪਏ ਤਾਂ ਜਿਹਨੂੰ ਦੇ ਦੇ ਕੋਲ ਸਮਾਨ। ਨਹੀਂ ਨਹੀਂ, ਸਮਾਨ ਤਾਂ ਸਾਡੇ ਸਾਰਾ ਪਿਆ ਹਲੇ। ਕੋਈ ਨਹੀਂ, ਪਰ ਫਿਰ ਵੀ ਲੋੜ ਪੈ ਜਾਂਦੀ ਹੈ, ਫਿਰ ਵੀ ਲੋੜ ਪੈ ਜਾਂਦੀ ਹੈ। ਆਹੋ, ਤੂੰ ਨਾਲ ਵਗ ਚੱਲ, ਕਈ ਵਾਰੀ ਰਾਤ ਬਰਾਤੇ ਪੈਸੇ ਦੀ ਲੋੜ ਪੈ ਜਾਂਦੀ ਹੈ, ਬਾਪੂ ਨੂੰ ਦਵਾਈ ਦਵੂਈ ਦਵਾਉਣੀ ਪੈ ਜਾਂਦੀ ਹੈ। ਬਾਪੂ ਫਿਰ ਚੰਗਾ ਜੀ, ਚੱਲ ਕੁੜ ਕੇ ਨਾਲ ਚੱਲ ਤੂੰ। ਚੰਗਾ ਬਾਪੂ ਜੀ, ਸਤਿ ਸ਼੍ਰੀ ਅਕਾਲ। ਤੂੰ ਉਹ ਜਿਹਾ ਪਰਸ ਲੈ ਆਈ ਦੇ ਕੁੜੀ ਨੂੰ ਪੈਸੇ। ਆਹੋ ਕੁੜੀ, ਉੱਥੇ ਤੇਰੇ ਪਿਓ ਬੈਠਾ ਸੀਗਾ, ਤੂੰ ਕੀ ਕਰੀ ਜਾਂਦੀ ਸੀਗਾ? ਮੈਂ ਹੁਣ ਤੈਨੂੰ ਮੈਂ ਕੀ ਕਹਾਂ ਕੀ ਨਾ ਕਹਾਂ? ਤੇ ਸੋਚੇ ਗੱਲ ਵੀ ਮੂਹਰੇ ਮੇਰੀ ਜ਼ਿੰਦਗੀ ਖਰਾਬ ਹੋਊ, ਇੱਕ ਪਾਸੇ ਸੋਚੀ ਇਹਨੇ, ਦੋ ਪਾਸੇ ਤਾਂ ਨਹੀਂ ਸੋਚਿਆ ਵੀ ਗੱਲ ਮੂਹਰੇ ਕੀ ਬਣੂਗਾ, ਜਿਉਂ ਨਹੀਂ ਗੱਲ ਦਾ ਪਤਾ ਲੱਗ ਜਾਂਦਾ ਜਾਂਦਾ ਜੀ ਮਰ ਜਾਂਦਾ, ਇਹ ਇਲਾਜ ਕਰਾਉਂਦੀ ਉਹਦਾ। ਨਹੀਂ ਤੈਨੂੰ ਉਹਨਾਂ ਨੇ ਇਹੋ ਜਿਹੀ ਕੀ ਬਿੱਤੀ ਪੜਾਤੀ ਸੀਗੀ, ਇੰਨੀ ਸਿਆਣੀ ਸੀ ਤੂੰ? ਉਹਨਾਂ ਨੇ ਲੜਾਈ ਆ, ਉਹਨੇ ਮੈਨੂੰ ਕੁਛ ਵੀ ਨਹੀਂ ਕਿਹਾ ਸੀ, ਬਸ ਮੈਨੂੰ ਐ ਹੋ ਗਿਆ ਵੀ ਮੈਂ ਹੀ ਇਲਾਜ ਕਰਾ ਦਾਂ। ਇਲਾਜ ਕਰਾ ਦਾਂ ਤੂੰ ਕਿਤੇ ਗੱਲ ਤਾਂ ਕਰਕੇ ਦੇਖਦੀ। ਆ ਲੈ ਨਾਲ ਤਾਂ ਜਿਹੜਾ ਹੈਗਾ ਰਾਸ਼ਨ ਲਿਆਈ, ਤੇ ਨਾਲੇ ਨਾ ਆਪਾਂ ਕਿਹੜਾ ਹਸਪਤਾਲ ਚ ਜਾ ਕੇ ਐਂਟਮੈਂਟ ਕਰਾਂਗੇ, ਦੂਜੇ ਪੈਸੇ ਆਪਾਂ ਨਾ ਬਾਅਦ ਚ ਭਰ ਦੂੰਗਾ ਆਪ, ਠੀਕ ਹੈ? ਮੈਂ ਡਾਕਟਰ ਨੂੰ ਕਹਿ ਦੂ ਜਿੰਨੇ ਪੈਸੇ ਲੱਗਣੇ, ਭਾਈ ਮੇਰੀ ਜ਼ਿੰਮੇਵਾਰੀ ਹੈ, ਤੇ ਉੱਥੇ ਬਹਿ ਕੇ ਤੇ ਚੁੱਪ ਕਰਕੇ ਉਹਦਾ ਇਲਾਜ ਕਰਾ ਲਾ, ਜੇ ਹੋਰ ਬੰਦੇ ਲੋੜ ਹੋਈ ਕੋਲੇ ਇਹਨੂੰ ਛੱਡ ਦੂੰਗਾ, ਆਪਣੇ ਰਾਮੂ ਨੂੰ ਭੇਜ ਦੂੰਗਾ। ਠੀਕ ਹੈ ਜੀ, ਨਾਲੇ ਉਹਨਾਂ ਦੇ ਕੰਮ ਤੇ ਜਾਣ ਦੀ ਲੋੜ ਨਹੀਂ ਹੈਗੀ, ਤੈਨੂੰ ਅੱਜ ਤੋਂ ਬਾਅਦ ਕਿਤੇ ਕੰਮ ਦੀ ਲੋੜ ਹੈ, ਜਿੰਨਾ ਚਿਰ ਪਿਓ ਨੂੰ ਠੀਕ ਹੋ, ਜਦੋਂ ਤੇਰੇ ਪਿਓ ਠੀਕ ਹੋਵੇ ਚੁੱਪ ਕਰਕੇ ਇੱਥੇ ਆ ਜਾ ਕਰੀ। ਠੀਕ ਹੈ ਜੀ, ਜੇ ਕੰਮ ਕਰਨ ਦਾ ਸੌਂਕ ਹੈ ਤੈਨੂੰ, ਹੱਥ ਇਹਦੇ ਨਾਲ ਮਾੜਾ ਮੋਟਾ ਬਟਾ ਦਿਆ ਕਰੀ, ਬਸ ਕਿਤੇ ਨਹੀਂ ਜਾਣਾ ਤੂੰ, ਉਸ ਤੋਂ ਬਾਅਦ ਰਹਿ ਗਈ ਗੱਲ ਵਿਆਹੁਣ ਦੀ, ਵਿਆਹ ਕੇ ਅਸੀਂ ਆਪ ਹੀ ਤੋਰਾਂਗੇ ਤੈਨੂੰ, ਠੀਕ ਆ? ਤੈਨੂੰ ਧੀ ਬਣਾ ਕੇ ਰੱਖੇ ਤੇ ਧੀ ਬਣਾ ਕੇ ਰੱਖਾਂਗੇ, ਭਰਾ ਗਲਤ ਕੰਮ ਨਹੀਂ ਕਰਨਾ ਮੁੜ ਕੇ, ਤੇ ਅਗਲੀ ਸਿੱਧੀ ਜਾ ਕੇ ਜਵਾਬ ਦੇ ਵੀ ਇਹਦਾ ਖੱਬਾ ਕਰੋ ਸੱਚਾ ਕਰੋ, ਮੇਰਾ ਸਰ ਗਿਆ ਬਸ। ਹਾਂਜੀ, ਜੇ ਜੇ ਮੈਂ ਵਾ ਗਿਆ ਉਹਨਾਂ ਨਾਲ, ਮੈਂ ਲੜ ਪੂ ਉਹਨਾਂ ਨਾਲ, ਆਪਦੇ ਹੱਥੀ ਜਾ ਕੇ ਆਪ ਜਵਾਬ ਦੇਈ ਬਸ। ਠੀਕ ਹੈ, ਕਿਤੇ ਤੈਨੂੰ ਉਹਨਾਂ ਨੇ ਸਮਝਾਉਣਾ ਸੀ ਕਿਤੇ, ਕਿ ਆਪਦੇ ਵੀ ਨਹੀਂ ਸੋਚ ਰਹੇ, ਤੇਰੇ ਵੀ ਨਹੀਂ ਸੋਚਿਆ ਉਹਨਾਂ ਨੇ, ਭਾਵੇਂ ਉਹਨਾਂ ਨੇ ਨਹੀਂ ਕਿਹਾ, ਤੈਨੂੰ ਤਾਂ ਸਮਝਾਉਣਾ ਸੀ ਉਹਨਾਂ ਨੇ। ਮੈਂ ਸਭ ਤੋਂ ਪਹਿਲਾਂ ਜਾ ਕੇ ਨਾ ਉਹਨਾਂ ਨੂੰ ਜਵਾਬ ਹੀ ਦੇ ਕੇ ਆਉਂਗੀ। ਆਹ ਮੈਂ ਡਾਕਟਰ ਨੂੰ ਫੋਨ ਲਾ ਦਿੰਦਾ ਗਾ ਸੁਰਿੰਦਰ ਨੂੰ, ਤੇ ਜਾ ਕੇ ਆਪਦੇ ਪਿਓ ਨੂੰ ਲੈ ਜਾ, ਤੇ ਇੱਥੇ ਬੰਦਾ ਇੱਕ ਅੱਧਾ ਨਾਲ ਭੇਜ ਦੂੰਗਾ, ਤੇਰੀ ਸੀਤੋ ਤਾਈ ਵਿਹਲੀ ਹੁੰਦੀ ਹੈ, ਇਹਨੂੰ ਛੱਡ ਤੂੰ ਜਾ ਦੇਣਾ, ਆਪਾਂ ਨੂੰ ਕੋਈ ਨਹੀਂ ਜਵਾਬ ਦਿੰਦਾ, ਚੁੱਪ ਕਰਕੇ ਤਾਂ ਇਲਾਜ ਕਰਾ ਲਾ। ਠੀਕ ਹੈ ਅੰਕਲ ਜੀ। ਹਾਂ ਬਸ ਮੈਂ ਤਾਂ ਪੈਸੇ ਲਾਉਣ ਵਾਲਾ, ਬਾਹਲੇ ਦਿਨ ਮੈਂ ਤੈਨੂੰ ਪਤਾ ਮੈਂ ਰਹਿ ਨਹੀਂ ਸਕਦਾ, ਮੈਂ ਤਾਂ ਕਿਤੇ ਉੱਥੇ ਵਾ ਕੇ ਉੱਥੇ ਵਾ ਗਿਆ, ਪੈਸੇ ਮੈਂ ਡਾਕਟਰ ਨੂੰ ਕਹਿ ਦਿਓ 300 ਰੁਪਿਆ ਨਹੀਂ ਮੰਗਦੇ ਹੋ। ਚਲੋ ਠੀਕ ਹੈ, ਫਿਰ ਮੈਂ ਇਹ ਤਾਂ ਤਾਂ ਦਿੱਤੇ, ਜਿਹੜੇ ਬਾਹਰੋਂ ਅੰਦਰ ਦਵਾਈ ਲਿਆਉਣੀ ਤੂੰ ਲਿਆਇਆ ਕਰੀ, ਹੋਰ ਡਾਕਟਰ ਨਾਲ ਆਪੇ ਸਾਰੀ ਗੱਲਬਾਤ ਕਰ ਲੂੰ। ਠੀਕ ਹੈ ਨਾ? ਆਹੋ ਇਹ ਸਾਮ ਤੇ ਆਹੋ, ਕਈ ਵਾਰੀ ਮੈਂ ਬਾਹਰ ਨਰਮਾ ਦੇ ਕੇ ਹੋਰ ਲੋੜ ਪਈ ਤੇ ਇਹਨੂੰ ਪੈਸੇ ਦੇ ਦੇ, ਠੀਕ ਹੈ? ਆਹੋ ਮੈਂ ਡਾਕਟਰ ਨੂੰ ਫੋਨ ਲਾ ਦੇਣਾ। ਤੁਸੀਂ ਲਾ ਦਿਓ ਫੋਨ, ਮੈਂ ਮੜਾ ਰੱਖਿਆ। ਪਤਾ ਨਹੀਂ ਕੀ ਹੋਇਆ ਅੱਜ ਕੱਲ੍ਹ ਦੇ ਜਵਾਕਰ, ਕਿਹੜਾ ਇੱਕ ਤਾਂ ਜੀਤ ਐਂ ਕਰਦਾ ਮੈਂ ਘਰੇ ਵਗ ਜਾ, ਫਿਰ ਇੱਕ ਬੰਦਾ ਆਪਦੇ ਵੀ ਨਹੀਂ ਸੋਚੀ ਜਾਂਦਾ, ਦੂਜੀ ਦੀ ਜ਼ਿੰਦਗੀ ਵੀ ਨਹੀਂ ਸੋਚਦੇ, ਕਿੱਡਾ ਕਦਮ ਲੱਗਦੀ ਹੈ, ਬੱਚਾ ਜੰਮ ਕੇ ਗਾਹਾਂ ਦਿੰਦੀ ਕਿਸੇ ਨੂੰ ਇੱਕ ਪੈਸੇ ਦੀ ਖਾਤਰ ਵੀ ਪਿਓ ਦਾ ਇਲਾਜ ਕਰਾ ਲਾ, ਸੋਚ ਦੇਖ ਰੱਖਦੀ ਹੈ ਵੀ ਤੂੰ ਕੁੜੀ ਐਂ ਤਾਂ ਸੋਚ ਲੈ, ਇੱਕ ਪਾਸੇ ਸੋਚੀ ਜਾਂਦੀ ਵੀ ਮੇਰਾ ਪਿਓ ਠੀਕ ਹੋ ਜੂ, ਦੂਜੇ ਪਾਸੇ ਐਂ ਵੀ ਸੋਚ ਵੀ ਕੱਲ੍ਹ ਮੇਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ, ਸੋਰੀ ਕਬਰੀ ਦੱਸ, ਇਹੋ ਜਿਹੀ ਵੀ ਧੀ ਪੁੱਤ ਦੱਸ ਸਰੀ ਪਿਆ। ਹੁਣ ਤੇਰੇ ਕੀ ਸੱਪ ਲੜ ਗਿਆ? ਸੱਪ ਲੜਨ ਤੋਂ ਵੀ ਬੁਰਾ ਹੋਇਆ ਜੀ। ਕੀ ਗੱਲ ਹੋਈ ਦੱਸ ਵੀ ਮੈਨੂੰ ਵੀ।
ਹਰੀਤ ਜਵਾਬ ਦੇਗੀ ਜੀ ਬੱਚਾ ਦੇਣ ਤੋਂ। ਜਵਾਬ ਦੇਗੀ? ਹਾਂਜੀ, ਉਹ ਕਹਿੰਦੀ ਮੈਂ ਨਹੀਂ ਇਹ ਕੰਮ ਕਰਨਾ। ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ, ਉਹ ਕਾਲੀ ਦੇ ਫੈਸਲੇ ਲੈਤੇ ਨਾ, ਐਂ ਹੁੰਦੇ ਹੁੰਦੇ ਆ। ਬਸ ਤਾਂ ਮੈਨੂੰ ਇੱਕ ਆਸ ਜਾਗੀ ਸੀ ਜੀ। ਉਹ ਲੈ, ਇੱਕ ਕਿਉਂ ਜਾਗੀ? ਜੇ ਇੱਕ ਦਰਵਾਜ਼ਾ ਬੰਦ ਹੋ ਜਾਂਦਾ ਨਾ, 100 ਖੋਲ ਦਿੰਦਾ ਰੱਬ। ਉਹ ਮੇਰਾ ਯਾਰ ਦੋਸਤ ਹੈਗਾ, ਉਹਨੇ ਲੱਭ ਲਈ ਸਾਰਾ ਕੁਝ, ਕਰ ਲਿਆ ਸੀ ਇੰਤਜ਼ਾਮ। ਮੈਂ ਬਸ ਮੈਂ ਤੈਨੂੰ ਦੇਖਦਾ ਸੀ। ਸੱਚੀ? ਹਾਂ। ਪੱਕਾ? ਓਏ ਹਾਂ। ਉਮੀ ਤਾਂ ਨਹੀਂ ਮੇਰਾ ਦਿਲ ਰੱਖਣ ਨੂੰ ਕਹਿ? ਉਹ ਨਹੀਂ, ਮਜ਼ਾਕ ਨਹੀਂ ਕਰਦਾ, ਮੈਂ ਸੀਰੀਅਸ ਗੱਲ ਕਰਦਾ ਨਾ। ਚਲੋ ਸ਼ੁਕਰ ਹੈ। ਤੁਹਾਡੀਆਂ ਜਨਾਨੀਆਂ ਦੀਆਂ ਗੱਲਾਂ ਕੱਚੀਆਂ ਹੁੰਦੀਆਂ, ਜਿਹੜੇ ਮਰਦ ਗੱਲ ਕਰਦਾ ਨਾ, ਪੱਕੀ ਗੱਲ ਕਰਦਾ ਹੁੰਦਾ। ਉਹ ਤਾਂ ਗੱਲ ਠੀਕ ਹੈ ਜੀ ਤੁਹਾਡੀ। ਚਲੋ ਬਸ ਤੇਰੇ ਅਗਲੇ ਸਾਲ ਨਾ ਝੋਲੀ ਚ ਪੁੱਤ ਹੋਊਗਾ, ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਹੋਵੇ, ਪਰ ਤੇਰੀ ਝੋਲੀ ਚ ਹੋਊਗਾ। ਠੀਕ ਹੈ, ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦਾ। ਚਲ ਇੰਨਾ ਵੀ ਸ਼ੁਕਰ ਹੈ, ਚਲੋ ਆਪਣਾ ਹੱਲ ਹੋ ਗਿਆ ਹੈ ਨਾ। ਹਾਂ, ਹੁਣ ਨਾ ਰੋਇਆ ਕਰੀ। ਠੀਕ ਹੈ ਜੀ। ਤੂੰ ਹੱਸਦੀ ਸੋਹਣੀ ਲੱਗਦੀ ਹੈ। ਠੀਕ ਹੈ ਜੀ। ਤਾਂ ਚੰਗਾ, ਹੁਣ ਨਾ ਫਿਕਰ ਕਰੀ, ਲੈ ਚਾਹ ਬਣਾ ਦੇਣਾ 2 ਘੰਟਾ ਮੈਨੂੰ। ਸ਼ੁਕਰ ਹੈ ਪ੍ਰਭੂ, ਅਗਲੇ ਸਾਲ ਸਾਨੂੰ ਲੋਹੜੀ ਵੰਡਣ ਵਾਲੇ ਕਰਦੇ।